ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫਿਰ ਵਿਨੇ ਹਰੀ ਜੀ ਦੇ ਨਾਲ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ। ਧੰਨਵਾਦ ਜੀ ਤੁਹਾਡਾ। ਤੁਹਾਡਾ ਕੈਨੇਡਾ ਤੋਂ ਵਾਪਸ ਆਏ ਦਾ ਵੀ ਸਵਾਗਤ ਆ ਜੀ। ਤੁਹਾਨੂੰ ਦੇਖਦੇ ਰਹੇ ਹਾਂ ਆਪਾਂ, ਤੁਹਾਡੀ ਗਤੀਵਿਧੀਆਂ ਦੇਖਦੇ ਰਹੇ ਹਾਂ। ਬੜਾ ਅੱਛਾ ਲੱਗਦਾ ਜਦੋਂ ਤੁਸੀਂ ਕੈਨੇਡਾ 'ਚ ਘੁੰਮਦੇ ਸੀਗੇ ਅਤੇ ਉੱਥੇ ਦੇ ਸਟੂਡੈਂਟਸ ਨੂੰ ਮਿਲ ਰਹੇ ਸੀਗੇ। ਤੁਹਾਨੂੰ ਉੱਥੇ ਕਿਸ ਤਰ੍ਹਾਂ ਮਤਲਬ ਜਾ ਕੇ ਮਹਿਸੂਸ ਹੋਇਆ, ਇੰਡੀਆ ਨਾਲੋਂ ਕੁਛ ਅਲੱਗ? ਅੱਜ ਜੇ ਅਸੀਂ ਪੰਜਾਬ ਨੂੰ 50-100 ਸਾਲ ਅੱਗੇ ਲੈ ਜਾਈਏ ਤਾਂ ਉਹ ਬਰੈਂਪਟਨ ਹੁੰਦਾ, ਉਹ ਟੋਰੋਂਟੋ ਹੈ। ਮੈਂ ਨਿੰਦਦਾ ਨਹੀਂ ਆਪਣੇ ਸ਼ਹਿਰ ਨੂੰ, ਆਪਣੇ ਲੋਕਾਂ ਨੂੰ, ਸਿਰਫ ਇੱਕ ਡਿਵੈਲਪਮੈਂਟ ਦੀ ਗੱਲ ਹੁੰਦੀ ਪਈ ਹੈ। ਜੇ ਅੱਜ ਅਸੀਂ ਕਹੀਏ ਡਿਵੈਲਪਮੈਂਟ ਪੰਜਾਬ ਦੇ ਵਿੱਚ ਅਸੀਂ ਅੱਜ 50 ਗੁਣਾ 100 ਗੁਣਾ ਕਰਾ ਦਈਏ ਤਾਂ ਸਵੇਰ ਨੂੰ ਜਿੱਦਾਂ ਦਾ ਮਾਹੌਲ ਸਾਹਮਣੇ ਆਏਗਾ ਉੱਦਾਂ ਦਾ ਅੱਜ ਟੋਰੋਂਟੋ ਹੈ। ਬੇਸਿਕ ਫੈਸਿਲਿਟੀਜ਼ ਨੇ ਉੱਥੇ, ਬੱਚਿਆਂ ਨੂੰ ਰੁਜ਼ਗਾਰ ਮਿਲਦਾ ਵੈ, ਬੱਚਿਆਂ ਨੂੰ ਇੱਜ਼ਤ ਮਿਲਦੀ ਹੈ, ਸਮਾਜ ਦੇ ਸਾਰੇ ਵਰਗ ਇੱਕੋ ਜਿਹੇ ਨੇ, ਔਰ ਉੱਥੇ ਦੀ ਸਰਕਾਰ, ਉੱਥੇ ਦੇ ਕਾਨੂੰਨ ਹਰ ਆਦਮੀ ਦਾ ਸਤਿਕਾਰ ਕਰਦੇ ਨੇ, ਜਿਹਦੇ ਕਰਕੇ ਅੱਜ ਬੱਚਿਆਂ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਵੱਧਦਾ ਪਿਆ। ਜਦੋਂ ਅਸੀਂ ਕੋਈ ਫੈਕਟਰੀ ਆਪਣੀ ਲਾਉਂਦੇ ਹਾਂ, ਫੈਕਟਰੀ ਕੋਈ ਪ੍ਰੋਡਕਟ ਬਣਾਉਂਦੇ ਹਾਂ, ਉਹ ਪ੍ਰੋਡਕਟ ਜਦੋਂ ਫਿਨਿਸ਼ ਹੋ ਕੇ ਬਣ ਕੇ ਬਾਹਰ ਨਿਕਲਦਾ, ਹਾਂਜੀ, ਉਹਨੂੰ ਜਦੋਂ ਅਸੀਂ ਪੈਕ ਕਰਨ ਲੱਗਦੇ ਹਾਂ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ। ਪਰ ਜਿਹੜੇ ਤੁਹਾਡੇ ਪ੍ਰੋਡਕਟ ਬਣਾਏ ਜੀ, ਸਟੂਡੈਂਟ ਬਾਹਰ ਭੇਜੇ, ਕੈਨੇਡਾ ਭੇਜੇ, ਉਹ ਤੁਹਾਨੂੰ ਹੁਣ ਦੇਖਣ ਦਾ ਮੌਕਾ ਮਿਲਿਆ, ਤੁਹਾਨੂੰ ਉਹਨਾਂ ਨੂੰ ਦੇਖ ਕੇ, ਉਹਨਾਂ ਨੂੰ ਮਿਲ ਕੇ ਕਿਸ ਤਰ੍ਹਾਂ ਮਹਿਸੂਸ? ਬੱਚਿਆਂ ਨੂੰ ਮਿਲ ਕੇ ਬੜੀ ਖੁਸ਼ੀ ਹੁੰਦੀ ਹੈ ਜੀ। ਜਿਹੜੇ ਬੱਚੇ ਕੈਨੇਡਾ ਦੇ ਵਿੱਚ ਅਸੀਂ ਭੇਜੇ ਆ, ਬੱਚੇ ਅੱਜ ਵਧੀਆ ਰੋਟੀ ਖਾ ਰਹੇ ਆ, ਵਧੀਆ ਤਰੀਕੇ ਨਾਲ ਕੰਮ ਕਰਦੇ ਪਏ ਆ। ਉਹ ਬੱਚਾ ਜਿਹੜਾ ਇੱਥੇ 5-10 ਹਜ਼ਾਰ ਰੁਪਏ ਵਾਸਤੇ ਲੜਦਾ ਸੀਗਾ, ਅੱਜ ਉਹ ਵੀ ਢਿੱਡ ਭਰ ਕੇ ਰੋਟੀ ਖਾ ਰਿਹਾ ਵਾ। ਉਹਦੇ ਕੋਲ ਵੀ ਸਮਾਜ ਦੇ ਵਿੱਚ ਸਿਰ ਚੱਕ ਕੇ ਚੰਗੇ ਤਰੀਕੇ ਨਾਲ ਰਹਿਣ ਦੇ ਸਾਰੇ ਅਧਿਕਾਰ ਨੇ, ਔਰ ਬੱਚੇ ਆਪਣੀਆਂ ਜ਼ਿੰਦਗੀਆਂ ਜਿਉਂਦੇ ਪਏ ਨੇ। ਬੱਚਿਆਂ ਨੇ ਵਧੀਆ ਗੱਡੀਆਂ ਰੱਖੀਆਂ, ਬੱਚੇ ਅੱਛੇ ਤਰ੍ਹਾਂ ਆਪਣੇ ਆਪ ਨੂੰ ਮੈਨੇਜ ਕਰਦੇ ਪਏ ਆ, ਹਰ ਬੱਚੇ ਕੋਲ ਰੁਜ਼ਗਾਰ ਹੈ। ਬੜੀ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਮਿਲ ਕੇ ਜਦੋਂ ਦੇਖੀਦਾ ਕਿ ਸਾਡਾ ਭੇਜਿਆ ਹੋਇਆ ਬੱਚਾ ਵੀ ਅੱਜ ਕਾਮਯਾਬ ਹੋ ਗਿਆ। ਕੁਛ ਇੱਕ ਦੋ ਇੱਦਾਂ ਦੀਆਂ ਐਗਜ਼ਾਮਪਲਾਂ ਦਿਓ ਜਿਹੜੇ ਬੱਚੇ ਇੱਥੋਂ ਗਏ ਜੀ। ਵੈਸੇ 90% ਬੱਚੇ ਬਹੁਤ ਖੁਸ਼ ਨੇ, ਆਪਾਂ ਵੀ ਮਿਲ ਕੇ ਆਏ ਹਾਂ ਉਹਨਾਂ ਨੂੰ, 3-4 ਵਾਰ ਗਏ ਹਾਂ, ਤੁਹਾਡੇ ਭੇਜੇ ਬੱਚੇ ਬਹੁਤ ਥੈਂਕਸ ਕਰਦੇ ਨੇ। ਕੁਛ ਇੱਦਾਂ ਦੀ ਇੱਕ ਅੱਧੀ ਐਗਜ਼ਾਮਪਲ ਦਿਓ ਜਿਹੜਾ ਕਿ ਬੱਚਾ ਉੱਥੇ ਜਾ ਕੇ ਖੁਸ਼ ਨਹੀਂ ਹੈ ਅਤੇ ਵਾਪਸ ਵੀ ਨਹੀਂ ਆਉਣਾ ਚਾਹੁੰਦਾ। ਦੇਖੋ ਬੱਚੇ ਕਈ ਤਰ੍ਹਾਂ ਦੇ ਬੱਚੇ ਨੇ ਉੱਥੇ। ਜ਼ਿਆਦਾਤਰ ਅੱਗੇ ਬੱਚਾ ਜਾਂਦਾ ਸੀਗਾ ਗਰੀਬ ਪਰਿਵਾਰ ਦਾ, ਖੇਤੀਬਾੜੀ ਨਾਲ ਰਿਲੇਟਡ। ਅੱਜ ਚੰਗੇ ਘਰਾਂ ਦੇ ਬੱਚੇ, ਪੈਸੇ ਵਾਲੇ ਜਿਹੜੇ ਲੋਕ ਨੇ, ਔਰ ਕਹਿ ਲਓ ਬਹੁਤ ਸਾਰੇ ਅਮੀਰ ਘਰਾਨਿਆਂ ਦੇ ਬੱਚੇ ਅੱਜ ਕੈਨੇਡਾ ਦੇ ਵਿੱਚ ਪੜ੍ਹਨ ਜਾ ਰਹੇ ਨੇ। ਉਹ ਇੱਥੋਂ ਬਹੁਤ ਜ਼ਿਆਦੀਆਂ ਐਕਸਪੈਕਟੇਸ਼ਨ ਲੈ ਕੇ ਜਾਂਦੇ ਆ। ਜਦੋਂ ਉੱਥੇ ਉਤਰਦੇ ਆ ਉੱਥੇ ਕੰਮ ਕਰਨਾ ਪੈਂਦਾ, ਮਾਂ ਬਾਪ ਨੂੰ ਕਿਹਾ ਜਾਂਦਾ ਕਿ ਨਹੀਂ ਡੈਡ ਇੱਥੇ ਕੰਮ ਨਹੀਂ ਹੈਗਾ, ਇੱਥੇ ਜੋਬਸ ਅਵੇਲੇਬਲ ਨਹੀਂ ਹੈ, ਮੈਨੂੰ ਫੀਸਾਂ ਭੇਜੋ। ਨਸ਼ੇ ਉੱਥੇ ਵੀ ਨੇ, ਉੱਥੇ ਵੀ ਬੱਚੇ ਗਲਤ ਕੰਮਾਂ ਦੇ ਵਿੱਚ ਪੈਂਦੇ ਆ। ਮੈਂ ਕੁਛ ਇੱਕ ਲੋਕਾਂ ਨੂੰ ਮਿਲਿਆ ਵਾਂ ਜਿਹੜੇ ਕਿ ਉੱਥੇ ਜਾ ਕੇ ਵੀ ਮਸਤੀ ਕਰਨ ਲੱਗੇ ਹੋਏ, ਬੱਚੇ ਸੀਰੀਅਸ ਹੀ ਨਹੀਂ ਹੈਗੇ। ਅਤੇ ਮਾਂ ਬਾਪ ਨੂੰ ਇਹੀ ਕਹਿਣਾ ਚਾਹੂੰਗਾ ਕਿ ਜਿਹਦਾ ਵੀ ਬੱਚਾ ਜਾ ਰਿਹਾ ਉਹ ਆਪਣਾ ਵੀਜ਼ਾ ਜ਼ਰੂਰ ਲਵਾਓ, ਆਪ ਜਾ ਕੇ ਦੇਖ ਕੇ ਆਓ ਕਿ ਬੱਚਾ ਉੱਥੇ ਕੀ ਕਰਦਾ ਪਿਆ, ਬੱਚੇ ਦੀ ਸੰਗਤ ਕੀ ਹੈ, ਬੱਚਾ ਕਿਹਦੇ ਨਾਲ ਰਹਿ ਰਿਹਾ, ਪੜ੍ਹਨ ਜਾਂਦਾ ਕਿ ਨਹੀਂ ਜਾਂਦਾ। ਬੱਚੇ ਦੇ ਕਾਲਜ ਦੇ ਵਿੱਚ ਜਾ ਕੇ ਉਹਦੇ ਟੀਚਰ ਨੂੰ ਮਿਲ ਕੇ ਆਓ, ਉਹਦੀਆਂ ਰਿਪੋਰਟਸ ਚੈੱਕ ਕਰੋ, ਤਾਂ ਜੋ ਬੱਚੇ ਨੂੰ ਥੋੜ੍ਹਾ ਡਰ ਰਹੇ ਕਿ ਮੇਰਾ ਮਾਂ ਬਾਪ ਵੀ ਪਿੱਛੇ ਜਦੋਂ ਮਰਜ਼ੀ ਆ ਸਕਦਾ। ਮੋਰਓਵਰ ਅਸੀਂ ਜਿੰਨੇ ਕੁ ਬੱਚਿਆਂ ਦੇ ਵੀਜ਼ੇ ਲਵਾਏ ਆ, ਅਸੀਂ ਸਾਰੇ ਬੱਚਿਆਂ ਦੇ ਮਾਂ ਬਾਪ ਦੇ ਵੀਜ਼ੇ ਵੀ ਨਾਲ ਲਵਾਉਂਦੇ ਹਾਂ, ਮਾਂ ਬਾਪ ਨੂੰ ਵੀ ਨਾਲ ਜਾਣ ਦਾ ਵੀਜ਼ਾ ਮਿਲਦਾ। ਜੇਕਰ ਤੁਸੀਂ ਇੱਕ ਸਟੂਡੈਂਟ ਹੋ, ਆਪਣੇ ਮਾਤਾ ਪਿਤਾ ਨੂੰ ਨਾਲ ਲਿਜਾਣਾ ਚਾਹੁੰਦੇ ਹੋ, ਜਾਂ ਇੱਕ ਮਾਂ ਬਾਪ ਹੋ ਆਪਣੇ ਬੱਚੇ ਦੇ ਨਾਲ ਜਾਣਾ ਚਾਹੁੰਦੇ ਹੋ, ਯੂ ਆਰ ਮੋਸਟ ਵੈਲਕਮ। ਤੁਹਾਡੇ ਵੀਜ਼ੇ ਨੂੰ ਕੋਈ ਮਨਾਹੀ ਨਹੀਂ। ਦੇਖੋ ਸਾਡੇ ਇੱਥੇ ਨਸ਼ਾ ਕਾਫੀ ਵੱਧ ਚੁੱਕਾ, ਮੇਰਾ ਘਰ ਹਰ ਤੀਜਾ ਬੱਚਾ ਕਾਲਜ ਦੇ ਵਿੱਚ ਇੱਕ ਨਸ਼ੇ 'ਚ ਪੈ ਚੁੱਕਾ, ਪੈ ਜਾਂਦੇ ਆ। ਅਤੇ ਉੱਥੇ ਜਾ ਕੇ ਆਪਾਂ ਕੁਛ ਬੱਚਿਆਂ ਨੂੰ ਇਸ ਤਰ੍ਹਾਂ ਮਿਲੇ, ਕਹਿੰਦਾ ਮੈਂ ਉੱਥੇ ਨਸ਼ਾ ਲੱਗ ਗਿਆ ਸੀ, ਮੈਨੂੰ ਬਹੁਤ ਜ਼ਿਆਦਾ, ਅਤੇ ਘਰਦਿਆਂ ਨੇ ਮੈਨੂੰ ਇੱਥੇ ਭੇਜ ਦਿੱਤਾ ਕੈਨੇਡਾ ਜੀ। ਅਤੇ ਇੱਥੇ ਆ ਗਿਆ ਫਾਇਦਾ ਹੋਇਆ ਕਿ ਇੱਥੇ ਮਿਹਨਤ ਕਰਨੀ ਪੈਂਦੀ ਹੈ, ਲੇਬਰ ਕਰਨੀ ਪੈਂਦੀ ਹੈ। ਜਦੋਂ ਅਸੀਂ ਰਾਤੀ ਖੜ੍ਹੇ, ਸਾਰਾ ਦਿਨ ਖੜ੍ਹੇ ਹੋ ਕੇ 8-8 ਘੰਟੇ ਖੜ੍ਹੇ ਹੋ ਕੇ ਕੰਮ ਕਰਦੇ ਹਾਂ, ਅਤੇ ਖੜ੍ਹੇ ਹੋ ਕੇ ਕੰਮ ਕਰਨ ਤੋਂ ਬਾਅਦ ਰਾਤੀ ਨੀਂਦ ਆ ਜਾਂਦੀ, ਅਤੇ ਮੇਰਾ ਨਸ਼ਾ ਛੁੱਟ ਗਿਆ ਜੀ। ਕੀ ਇਸ ਤਰ੍ਹਾਂ ਹੈ ਕਿ ਅਸੀਂ ਬੱਚਾ ਇੱਥੇ ਕੋਈ ਨਸ਼ਾ? ਬਹੁਤ ਤਰ੍ਹਾਂ ਦੀਆਂ ਐਗਜ਼ਾਮਪਲ ਹੈ। ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਬੱਚਾ ਜਦੋਂ ਵੀ ਜਵਾਨ ਹੋ ਜਾਂਦਾ, ਬੱਚੇ ਦੀ ਉਮਰ 18-20 ਸਾਲ, ਬੱਚਾ ਕੋਈ ਪੈਸਾ ਨਹੀਂ ਕਮਾ ਰਿਹਾ ਹੁੰਦਾ, ਬੱਚਾ ਕੋਈ ਕੰਮ ਨਹੀਂ ਕਰ ਰਿਹਾ ਹੁੰਦਾ ਸਵੇਰ ਤੋਂ ਸ਼ਾਮ ਤੱਕ, ਬੱਚਾ ਆਵਾਰਾਗਰਦੀ ਕਰਦਾ, ਬੱਚੇ ਦਾ ਪੜ੍ਹਾਈ ਤੱਕ ਹੀ ਸੀਮਿਤ ਆ, ਪੜ੍ਹਾਈ ਤੋਂ ਬਾਅਦ ਬੱਚੇ ਕੰਮ ਨਹੀਂ ਕਰਦੇ। ਇਹੀ ਬੱਚੇ ਨੂੰ ਜਦੋਂ ਕੈਨੇਡਾ ਭੇਜਿਆ ਜਾਂਦਾ, ਉਹ ਪਾਰਟ ਟਾਈਮ ਜੋਬ ਕਰਦਾ, ਬੱਚਾ ਉੱਥੇ ਕੰਮ ਕਰਕੇ ਪੈਸੇ ਤਾਂ ਕਮਾਉਂਦਾ ਵਾ, ਬੱਚੇ ਨੂੰ ਸ਼ੌਂਕ ਪੈਂਦੇ ਆ, ਬੱਚਾ ਲਗਜ਼ਰੀਸ ਲਾਈਫ ਵੀ ਜੀਣਾ ਚਾਹੁੰਦਾ ਵਾ। ਅੱਜ ਜੇ ਕਿਸੇ ਨੂੰ ਚੰਗਾ ਆਈਫੋਨ ਚਾਹੀਦਾ, ਚੰਗੀ ਗੱਡੀ ਚਾਹੀਦੀ, ਉਹ ਮਾਂ ਬਾਪ ਕੋ ਮੰਗਣ ਵਾਸਤੇ ਫਿਰ ਝਿਜਕੂਗਾ, ਬਟ ਜਦੋਂ ਉਹਨੂੰ ਪਤਾ ਕਿ ਮੈਂ 4 ਘੰਟੇ ਵੀ ਵੱਧ ਕੰਮ ਕਰ ਲਿਆ ਤਾਂ ਮੈਂ ਆਪਣੀਆਂ ਖੁਸ਼ੀਆਂ ਪਾ ਸਕਦਾ, ਬੱਚਾ ਵੱਧ ਕੰਮ ਕਰਦਾ ਵਾ। ਜਦੋਂ ਬੱਚਾ ਕੰਮ ਕਰਦਾ, ਕੰਮ ਦੇ ਦੌਰਾਨ ਉਹਦਾ ਮਨ ਲੱਗਦਾ, ਉਹ ਨਵੀਆਂ ਚੀਜ਼ਾਂ ਸਿੱਖਦਾ ਵਾ, ਉਹਨਾਂ ਚੀਜ਼ਾਂ ਨੂੰ ਸਿੱਖ ਕੇ ਬੱਚਾ ਕੱਲ੍ਹ ਨੂੰ ਰੈਜੀਡੈਂਸੀ ਵੀ ਲੈ ਲੈਂਦਾ, ਆਪਣੀਆਂ ਖੁਸ਼ੀਆਂ ਵੀ ਪੂਰੀਆਂ ਕਰ ਲੈਂਦਾ। ਦੇਖਿਆ ਗਿਆ ਵਾ ਕਿ ਜਦੋਂ ਵੀ ਬੱਚਾ 20 ਘੰਟੇ ਕੰਮ ਕਰਦਾ ਵਾ, ਪੜ੍ਹਾਈ ਦੇ ਨਾਲ 20 ਘੰਟੇ ਕੰਮ ਕਰਨ ਨਾਲ ਬੱਚਾ ਪੈਸੇ ਤਾਂ ਜ਼ਰੂਰ ਕਮਾਉਂਦਾ, ਬੱਚਾ ਸਿੱਖਦਾ ਬਹੁਤ ਕੁਛ ਹੈ, ਬੱਚਾ ਇੰਡੀਪੈਂਡੈਂਟ ਹੁੰਦਾ। ਜਿਹੜੇ ਬੱਚੇ ਇੱਥੇ ਨਸ਼ੇ ਕਰਦੇ ਆ, ਜਿਹੜੇ ਬੱਚੇ ਇੱਥੇ ਗਲਤ ਤਰੀਕੇ ਨਾਲ ਆਪਣੇ ਆਪ ਨੂੰ ਖਰਾਬ ਕਰ ਲੈਂਦੇ, ਇੱਦਾਂ
ਜਦੋਂ ਤੁਹਾਨੂੰ ਪਤਾ ਕਿ ਤੁਸੀਂ ਆਪ ਹੀ ਰੋਟੀ ਬਣਾਉਣੀ ਹੈ, ਆਪ ਹੀ ਖਾਣੀ ਹੈ, ਕੱਪੜੇ ਵੀ ਆਪ ਧੋਣੇ ਹੈ, ਤਾਂ ਫਿਰ ਤੁਸੀਂ ਆਪਣੇ ਅਕੋਰਡਿੰਗਲੀ ਚੱਲਦੇ ਹੋ, ਤੁਸੀਂ ਟਾਈਮ ਨਾਲ ਉੱਠਦੇ ਹੋ, ਆਪਣੇ ਆਪ ਨੂੰ ਵੀ ਸਾਫ਼ ਰੱਖਦੇ ਹੋ, ਆਪਣੇ ਆਪ ਨੂੰ ਸਮਾਜ ਦੇ ਵਿੱਚ ਚੰਗਾ ਨਾਗਰਿਕ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹੋ। ਜਦੋਂ ਤੁਸੀਂ ਪਹਿਲਾਂ ਹੀ ਡਿਪੈਂਡ ਹੁੰਦੇ ਹੋ ਕਿਸੇ ਦੇ ਉੱਤੇ, ਤੁਹਾਨੂੰ ਕੋਈ ਫਿਕਰ ਨਹੀਂ ਹੁੰਦੀ, ਮਾਂ ਬਾਪ ਨੇ ਰੋਟੀ ਵੀ ਦੇ ਦੇਣੀ, ਕੱਪੜੇ ਵੀ ਲਿਆ ਦੇਣੇ। ਇਸ ਕਰਕੇ ਇਕੱਲੀ ਪੜ੍ਹਾਈ ਵਾਸਤੇ ਜਿਹੜਾ ਬੱਚਾ ਜਾਂਦਾ ਬਾਹਰ, ਜਾਂ ਇਕੱਲੀ ਇਕੱਲੀ ਇਹ ਪੜ੍ਹਾਈ ਹੋਈ ਨਹੀਂ ਮਿਲਦੀ, ਇੱਕ ਚੰਗੇ ਸੰਸਕਾਰ ਮਿਲਦੇ ਆ, ਇੰਡੀਪੈਂਡੈਂਟ ਹੁੰਦਾ, ਬੱਚੇ ਨੂੰ ਗੋਰਿਆਂ 'ਚ ਰਹਿਣਾ ਆ ਜਾਂਦਾ, ਬੱਚੇ ਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ, ਬੱਚੇ ਨੂੰ ਕਲਚਰ ਆਉਂਦਾ, ਮੋਰਓਵਰ ਬੱਚਾ ਬਹੁਤ ਜ਼ਿਆਦਾ ਕੌਨਫੀਡੈਂਟ ਹੋ ਜਾਂਦਾ। ਜੋ ਚੀਜ਼ਾਂ ਬੱਚੇ ਨੇ ਇੱਥੇ 10 ਸਾਲ ਲਾ ਕੇ ਸਿੱਖਣੀਆਂ ਸੀਗੀਆਂ, ਉਹ ਪਹਿਲੇ 6 ਮਹੀਨੇ 'ਚ ਹੀ ਬੱਚਾ ਕਨੇਡਾ ਜਾ ਕੇ ਸਿੱਖ ਲੈਂਦਾ ਜੀ। ਅੱਛਾ, ਹੁਣ ਤਾਂ ਬਹੁਤ ਸਾਰੇ ਬੱਚੇ ਬਾਹਰ ਚਲੇ ਗਏ, ਹਰ ਬੱਚੇ ਦਾ ਕੋਈ ਨਾ ਕੋਈ ਕਲਾਸ ਫੈਲੋ ਬਾਹਰ ਆ, ਉੱਥੋਂ ਫੋਨ ਆਉਂਦਾ, ਉਹ ਜਦੋਂ ਆਪਣੀਆਂ ਗੱਲਾਂ ਦੱਸਦਾ, ਮੈਂ ਜੀ ਜੀ ਇੱਥੇ ਗਿਆ, ਸਟੋਰ 'ਚ ਗਿਆ, ਮੈਂ ਇੱਥੇ ਇਹ ਕੰਮ ਕਰਦਾ, ਉਹ ਸਾਰੀਆਂ ਗੱਲਾਂ ਸੁਣ ਕੇ ਹਰ ਬੱਚਾ ਦਿਲ ਕਰਦਾ। ਪਰ 2-3 ਗੱਲਾਂ ਖਾਮੀਆਂ ਹੁੰਦੀਆਂ ਬੱਚਿਆਂ ਵਿੱਚ, ਇੱਕ ਤਾਂ ਖਾਮੀ ਹੁੰਦੀ ਹੈ ਬੈਂਡ ਘੱਟ ਆਏ, ਹਾਂਜੀ, ਦੂਜੀ ਖਾਮੀ ਹੁੰਦੀ ਹੈ ਕਿ +2 'ਚ ਨੰਬਰ ਘੱਟ ਆਏ, ਤੀਜੀ ਖਾਮੀ ਹੁੰਦੀ ਕਿ ਮਾਂ ਪਿਓ ਕੋਲ ਪੈਸੇ ਨਹੀਂ ਹੈਗੇ ਜਾ। ਇਹ 3 ਖਾਮੀਆਂ ਜਿਹੜੀਆਂ ਜਿਹਨਾਂ 'ਚ ਹੈਗੀਆਂ, ਬੱਚੇ ਨਹੀਂ ਬਾਹਰ ਜਾ ਸਕਦੇ। ਹੋਰ ਵੀ ਕਈ ਤਰ੍ਹਾਂ ਦੀਆਂ ਖਾਮੀਆਂ ਹੁੰਦੀਆਂ ਜੀ, 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਹਰ ਉਂਗਲ ਦਾ ਇੱਕ ਆਪਣਾ ਸਾਇਜ਼ ਹੈ, ਔਰ ਤੁਹਾਡੀਆਂ ਉਂਗਲਾਂ ਵੱਖਰੀਆਂ, ਮੇਰੀਆਂ ਉਂਗਲਾਂ ਵੱਖਰੀਆਂ। ਬਹੁਤ ਸਾਰੀਆਂ ਕਮੀਆਂ ਹੁੰਦੀਆਂ ਬੱਚਿਆਂ ਦੇ ਅੰਦਰ, ਕਿਸੇ ਦੇ ਨੰਬਰ ਘੱਟ ਹੁੰਦੇ ਆ, ਕਿਸੇ ਦੇ ਬੈਂਡ ਘੱਟ ਆਉਂਦੇ ਆ, ਕਿਸੇ ਦੀ ਪੜ੍ਹਾਈ ਦੇ ਵਿੱਚ ਗੈਪ ਹੈ, ਕਿਸੇ ਦੇ ਮਾਂ ਬਾਪ ਕੋਲ ਇਨਕਮ ਦੇ ਪਰੂਫ ਨਹੀਂ ਹੈਗੇ, ਕਿਸੇ ਦੇ ਮਾਂ ਬਾਪ ਕੋਲ ਪੈਸੇ ਨਹੀਂ ਹੈਗੇ। ਜਿੰਨੀਆਂ ਵੀ ਤਰ੍ਹਾਂ ਦੀਆਂ ਪ੍ਰੋਬਲਮ ਹੈ, ਹਰ ਪ੍ਰੋਬਲਮ ਦਾ ਇੱਕ ਸਲਿਊਸ਼ਨ ਹੁੰਦਾ ਵਾ। ਜਦੋਂ ਸਾਨੂੰ ਕੋਈ ਬਿਮਾਰੀ ਲੱਗਦੀ, ਅਸੀਂ ਡਾਕਟਰ ਕੋਲ ਜਾਂਦੇ ਹਾਂ, ਅਤੇ ਡਾਕਟਰ ਦਾ ਕੋਈ ਨਾ ਕੋਈ ਹੱਲ ਦੱਸਦਾ, ਜੇ ਉਹਦੇ ਹੱਥ 'ਚ ਨਹੀਂ ਹੈਗਾ ਤਾਂ ਉਹ ਤੁਹਾਨੂੰ ਅਗਲੇ ਡਾਕਟਰ ਕੋਲ ਭੇਜ ਦਿੰਦਾ। ਇਸੇ ਤਰੀਕੇ ਨਾਲ ਜਦੋਂ ਕੋਈ ਸਾਡੇ ਕੋਲ ਆਉਂਦਾ, ਅਸੀਂ ਸਭ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਚੈੱਕ ਕਰਦੇ ਹਾਂ ਵੀ ਇਹਦੇ ਅੰਦਰ ਪ੍ਰੋਬਲਮ ਕੀ ਹੈ, ਇਹਦਾ ਵੀਜ਼ਾ ਰਿਫਿਊਜ਼ ਹੋਇਆ ਕਿਉਂ, ਜਾਂ ਇਹਦਾ ਵੀਜ਼ਾ ਕਿਉਂ ਰਿਫਿਊਜ਼ ਹੋਏਗਾ। ਜਿਹਦੇ ਵੀ ਕਾਗਜ਼ ਵਧੀਆ ਵਾ, ਉਹਦਾ ਵੀਜ਼ਾ ਤਾਂ ਅਲਟੀਮੇਟ ਲੱਗ ਹੀ ਜਾਂਦਾ, ਬਟ ਜਿਹਨਾਂ ਦੇ ਕਾਗਜ਼ ਮਾੜੇ ਆ, ਜਿਹਦੀ ਪੜ੍ਹਾਈ 'ਚ ਗੈਪ ਹੈ, ਜਿਹਦੇ ਨੰਬਰ ਥੋੜ੍ਹੇ ਆ, ਜਿਹਨੇ ਆਇਲਸ ਨਹੀਂ ਕੀਤੀ, ਉਹ ਵੀ ਲੋਕ ਬਾਹਰ ਜਾਣਾ ਚਾਹੁੰਦੇ ਆ, ਉਹਨਾਂ ਦੇ ਕੋਲ ਵੀ ਪੈਸੇ ਹੈ। ਅਤੇ ਜਦੋਂ ਕਿਸੇ ਨੇ ਵਿਦੇਸ਼ ਜਾਣਾ, ਉਹਦੇ ਵਿੱਚ ਬਹੁਤ ਸਾਰੇ ਪੈਰਾਮੀਟਰ ਹੁੰਦੇ ਆ, ਕਿਹੜਾ ਕੋਰਸ ਕਰਨਾ ਇਹਨੇ, ਉਹ ਕੋਰਸ ਦੀ ਅੰਗਰੇਜ਼ੀ ਦੀ ਰਿਕੁਆਇਰਮੈਂਟ ਕੀ ਆ। ਇਸ ਤਰੀਕੇ ਨਾਲ ਅਸੀਂ ਬੱਚੇ ਨੂੰ ਆਪਣੇ ਲੈਵਲ 'ਤੇ ਅਸੈਸ ਕਰਦੇ ਹਾਂ ਕਿ ਸਾਡੇ ਵਾਸਤੇ ਇਹ ਬੱਚੇ ਦਾ ਵੀਜ਼ਾ ਲੱਗਣਾ ਜਾਂ ਨਹੀਂ ਲੱਗਣਾ। ਜਦੋਂ ਸਾਨੂੰ ਲੱਗਦਾ ਇਹ ਵੀਜ਼ਾ ਲੱਗ ਸਕਦਾ, ਫਿਰ ਅਸੀਂ ਉਹਦੇ ਬੱਚੇ ਦੇ ਅਕੋਰਡਿੰਗਲੀ ਉਹਦੇ ਜਗ੍ਹਾ ਚੂਜ਼ ਕਰਦੇ ਹਾਂ ਕਿ ਜਿਹੜੇ ਸ਼ਹਿਰ ਦੇ ਵਿੱਚ ਬੱਚੇ ਨੇ ਜਾਣਾ, ਕੀ ਉਸ ਸ਼ਹਿਰ ਦੇ ਵਿੱਚ ਅਸੀਂ ਬੱਚੇ ਨੂੰ ਕੋਰਸ ਦੇ ਪਾਵਾਂਗੇ। ਇਹ ਸਾਰੀਆਂ ਚੀਜ਼ਾਂ ਦੀ ਅਸੈਸਮੈਂਟ ਕਰਨ ਤੋਂ ਬਾਅਦ ਅਸੀਂ ਉਹਦਾ ਦਾਖਲਾ ਕਰਾ ਕੇ ਉਹਦਾ ਵੀਜ਼ਾ ਲਵਾ ਲੈਂਦੇ ਹਾਂ। ਸਾਡੀ ਇੱਕੋ ਪੋਲਿਸੀ ਹੈ ਕਿ ਵੀਜ਼ਾ 'ਤੇ ਕੰਮ ਕੀਤਾ ਜਾਏ, ਅਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਾਂ। ਅੱਜ ਜਿਹਨੇ ਵੀ ਕੈਨੇਡਾ ਜਾਣਾ, ਉਹਨੂੰ ਪਹਿਲਾਂ ਰੁਪਈਆ 12-15 ਲੱਖ ਰੁਪਇਆ ਕੈਨੇਡਾ ਭੇਜਣਾ ਪੈਣਾ, ਔਰ ਜੇ ਵੀਜ਼ਾ ਰਿਫਿਊਜ਼ ਹੋਇਆ 2-2.5 ਲੱਖ ਰੁਪਇਆ ਖਰਾਬ ਹੋਣਾ। ਅਸੀਂ ਲੈਂਦੇ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਕਿਉਂਕਿ ਅਸੀਂ ਵੀਜ਼ਾ ਲਵਾਉਣ ਦਾ ਕੰਮ ਕਰਦੇ ਹਾਂ, ਅਸੀਂ ਕਿਸੇ ਦੇ ਪੈਸੇ ਐਡਵਾਂਸ ਲੈਣ ਦਾ ਕੰਮ ਨਹੀਂ ਕਰਦੇ। ਅਕਸਰ ਦੇਖਿਆ ਗਿਆ ਵਾ ਪੰਜਾਬੀ ਵੀਰ ਬਹੁਤ ਸਾਰੇ ਜਿਹੜੇ ਠੱਗੀ ਦਾ ਸ਼ਿਕਾਰ ਹੁੰਦੇ ਆ। ਠੱਗੀ ਦਾ ਸ਼ਿਕਾਰ ਕਿਉਂ ਹੁੰਦੇ ਆ? ਮੋਟੀਆਂ ਰਕਮਾਂ ਪਹਿਲਾਂ ਦੇ ਦਿੰਦੇ ਆ। ਅਸੀਂ ਪਹਿਲਾਂ ਪੈਸੇ ਨਹੀਂ ਦੇਣੇ ਦੋਸਤੋ, ਜੇ ਅਸੀਂ ਠੱਗੀ ਤੋਂ ਬਚਣਾ ਵਾ। ਕਿਸੇ ਦੇ ਉੱਤੇ ਉਂਗਲ ਉਠਾਉਣ ਤੋਂ ਵਧੀਆ ਵਾ ਕਿ ਅਸੀਂ ਪਹਿਲਾਂ ਹੀ ਆਪਣੀ ਉਂਗਲ ਆਪਣੀ ਜੇਬ 'ਚ ਰੱਖੀਏ, ਅਸੀਂ ਕਿਸੇ ਨੂੰ ਪੈਸੇ ਦਈਏ ਹੀ ਨਾ। ਜਦੋਂ ਵੀ ਕਿਸੇ ਨੂੰ ਕੋਈ ਪੈਸੇ ਐਡਵਾਂਸ ਦੇ ਦਿੰਦੇ ਜੇ, ਇਹ ਯਾਦ ਰੱਖਿਓ ਕਿ ਇਹ ਪੈਸੇ ਹੁਣ ਵਾਪਸ ਨਹੀਂ ਹੋਣੇ। ਡਿਸੀਜਨ ਤੁਹਾਡਾ, ਸਾਡੇ ਕੋਲ ਆਉਣਾ, ਕਿਸੇ ਕੋਲ ਵੀ ਜਾਣਾ, ਇੱਕ ਵਾਰ ਆਪਣੀ ਅਸੈਸਮੈਂਟ ਜ਼ਰੂਰ ਕਰਾ ਕੇ ਜਾਇਓ, ਵੀਜ਼ਾ ਕਿਤੋਂ ਵੀ ਅਪਲਾਈ ਕਰਿਓ, ਤਾਂ ਜੋ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਜਾਏ ਕਿ ਤੁਹਾਡੇ ਅੰਦਰ ਕਮੀ ਕੀ ਹੈ। ਹੁਣ ਆਉਣ ਵਾਲੇ ਟਾਈਮ 'ਚ ਤੁਹਾਡਾ ਕਾਫੀ ਮਤਲਬ ਟੂਰ ਪ੍ਰੋਗਰਾਮ ਜਿਹਾ ਦੇਖਿਆ ਕਿ ਤੁਹਾਡੇ ਕਾਫੀ ਚੱਕਰ ਲੱਗ ਰਹੇ ਨੇ ਕੈਨੇਡਾ ਦੇ, ਹਰ ਦੂਜੇ ਤੀਜੇ ਮਹੀਨੇ ਤੁਹਾਨੂੰ ਜਾਣਾ ਹੀ ਪੈਂਦਾ ਜੀ। ਜਿਹੜੇ ਦੁਕਾਨਦਾਰ ਨੇ ਸੌਦਾ ਵੇਚਣਾ, ਦੁਕਾਨ ਖਾਲੀ ਹੋਊਗੀ ਤਾਂ ਕੀ ਕਿੱਦਾਂ ਬੱਚੇ? ਹੁਣ ਖਾਮੀ ਰਹਿ ਗਈ ਪੇਰੈਂਟਸ ਦੀ। ਹਾਂਜੀ, ਬੱਚਾ ਇੰਟੈਲੀਜੈਂਟ ਆ, ਬੱਚੇ ਦੇ 6.5 ਬੈਂਡ ਵੀ ਆ ਗਏ, ਬੱਚੇ ਦੇ +2 'ਚ ਨੰਬਰ ਵੀ ਚੰਗੇ ਆ ਗਏ, ਬੱਚੇ ਦੇ ਆਪਣਾ ਮਾਂ ਪਿਓ ਕੋਲ ਪੈਸੇ ਵੀ ਚੰਗੇ ਆ ਸ਼ੋਅ ਕਰਨ ਵਾਸਤੇ, ਅਤੇ ਵੀਜ਼ਾ ਵੀ ਆਰਾਮ ਨਾਲ ਲੱਗ ਸਕਦਾ। ਪਰ ਮਾਂ ਪਿਓ ਆਪਣੇ ਕਲੇਜੇ ਟੁਕੜੇ ਨੂੰ ਭੇਜਣਾ ਨਹੀਂ ਚਾਹੁੰਦੇ ਕਿ ਇਕੱਲਾ ਜਾਏਗਾ, ਕਿ ਉਤਾਰਨ ਵਾਲਾ ਕੋਈ ਨਹੀਂ। ਆਉਣ ਵਾਲੇ ਸਮੇਂ ਤੁਸੀਂ, ਤੁਹਾਡੀ ਕੋਈ ਇੱਦਾਂ ਦੀ ਪਲੈਨਿੰਗ ਹੈਗੀ? ਮੇਰੇ ਵੀ ਬੱਚੇ ਆ। ਅਲਟੀਮੇਟਲੀ ਹਰ ਇੱਕ ਮਾਂ ਬਾਪ ਆਪਣੇ ਬੱਚੇ ਦੇ ਵਿੱਚ ਆਪਣਾ ਬਚਪਨ ਦੇਖਦਾ ਵਾ। ਜਿਹੜੀਆਂ ਖੁਸ਼ੀਆਂ ਇੱਕ ਮਾਂ ਬਾਪ ਆਪ ਨਹੀਂ ਲੈ ਪਾਉਂਦਾ, ਆਪ ਗਰੀਬੀ ਦੇ ਕਾਰਨ ਜਾਂ ਕੁਝ ਵੀ ਪ੍ਰੋਬਲਮ ਹੋ ਸਕਦੀ ਕਿਸੇ ਨੂੰ, ਜਿਹੜੀਆਂ ਖੁਸ਼ੀਆਂ ਇੱਕ ਮਾਂ ਬਾਪ ਆਪਣੇ ਬਚਪਨ 'ਚ ਆਪ ਨਹੀਂ ਲੈ ਕੇ ਸਕਿਆ, ਉਹ ਆਪਣੇ ਬੱਚੇ ਨੂੰ ਦੇਣਾ ਚਾਹੁੰਦਾ, ਉਹ ਬੱਚੇ ਦੇ ਰੂਪ ਦੇ ਵਿੱਚ ਉਹ ਚੀਜ਼ਾਂ ਦੇਖਣਾ ਚਾਹੁੰਦਾ। ਅਤੇ ਜਿਹੜਾ ਵੀ ਬੱਚਾ ਅੱਜ ਕੈਨੇਡਾ ਜਾਣਾ ਚਾਹੁੰਦਾ ਵਾ, ਜਾਂ ਜਿਹੜੇ ਮਾਂ ਬਾਪ ਕੈਨੇਡਾ ਜਾਣਾ ਚਾਹੁੰਦੇ ਆ, ਉਹ ਬੱਚੇ ਦੇ ਨਾਲ ਜਾ ਸਕਦੇ ਆ। ਸਾਡੇ ਕੋਲ ਬਹੁਤ ਸਾਰੇ ਲੋਕ ਇੱਦਾਂ ਦੇ ਆਉਂਦੇ ਆ ਜਿਹੜੇ ਲੋਕ ਕੈਨੇਡਾ ਜਾਣਾ ਚਾਹੁੰਦੇ ਸੀਗੇ, ਵੀਜ਼ੇ ਰਿਫਿਊਜ਼ ਹੋ ਗਏ। ਇੱਕ ਇਨਸਾਨ ਜਿਹਦੀ 35-40 ਸਾਲ ਉਮਰ ਹੈ, ਉਹ ਬੱਚਾ, ਉਹ ਵੀ ਬੰਦਾ ਬਾਹਰ ਜਾਣਾ ਚਾਹੁੰਦਾ ਸੀਗਾ, ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ, ਅੱਜ ਉਹ ਆਪਦੇ ਬੱਚੇ ਦੇ ਨਾਲ ਜਾ ਸਕਦਾ ਵਾ। ਉਹ ਆਪਣੇ ਬੱਚੇ ਨੂੰ ਭੇਜ ਰਿਹਾ ਵਾ ਤਾਂ ਕਿ ਬੱਚੇ ਦੇ ਰੂਪ ਦੇ ਵਿੱਚ ਉਹਦਾ ਆਪਣਾ ਸੁਪਨਾ ਸਾਕਾਰ ਹੋ ਜਾਵੇ।
ਤੁਹਾਨੂੰ ਖੁੱਲ੍ਹਾ ਸਵਾਗਤ ਹੈ ਤੁਹਾਡਾ। ਜ਼ਰੂਰ ਇੱਕ ਵਾਰੀ ਸਾਡੇ ਕੋਲ ਆਓ, ਅਸੀਂ ਲੈਂਦੇ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਸਾਨੂੰ ਪਹਿਲਾਂ ਨਹੀਂ ਦੇਣਾ। ਨਹੀਂ, ਆਉਣ ਵਾਲੇ ਸਮੇਂ ਤੁਹਾਡੇ ਕੋਲ ਇੱਦਾਂ ਦੀ ਪਲੈਨਿੰਗ ਹੈ ਕਿ ਇੱਥੋਂ ਬੱਚਾ ਚੜ੍ਹੇ ਅਤੇ ਤੁਹਾਡਾ ਉੱਥੇ ਬੰਦਾ ਕੋਈ ਹੋਵੇ ਉਹਨੂੰ ਏਅਰਪੋਰਟ ਤੋਂ? ਆਲਰੇਡੀ ਸਾਰੀਆਂ ਸਰਵਿਸਿਜ਼ ਅਸੀਂ ਦਿੰਦੇ ਹਾਂ, ਜਿਹੜੇ ਵੀ ਬੱਚੇ ਸਾਡੇ ਥਰੂ ਜਾਂਦੇ ਆ, ਜਿਹਨੂੰ ਜਿਹਨੂੰ ਏਅਰਪੋਰਟ ਪਿਕਅਪ ਚਾਹੀਦੀ, ਅਸੀਂ ਏਅਰਪੋਰਟ ਪਿਕਅਪ ਦਾ ਵੀ ਅਰੇਂਜਮੈਂਟ ਕੀਤਾ ਹੋਇਆ ਵਾ, ਬੱਚਿਆਂ ਦੇ ਰਹਿਣ ਦਾ ਵੀ ਅਰੇਂਜਮੈਂਟ ਕੀਤਾ। ਜ਼ਿਆਦਾਤਰ ਬੱਚਿਆਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਹੁੰਦਾ। ਅੱਜ ਪੰਜਾਬੀ ਵੀਰ ਕੀ ਕਰਨ ਆਉਂਦੇ ਆ, ਕਿਉਂ ਲੋਕ ਸਵੇਰ ਤੋਂ ਸ਼ਾਮ ਤੱਕ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਦੇਖਦੇ ਆ, ਲੋਕ ਵਿਦੇਸ਼ ਜਾਣਾ ਚਾਹੁੰਦੇ ਆ, ਭੇਜਣ ਵਾਲੇ ਕਿੰਨੇ ਨੇ, ਕਿੰਨੇ ਲੋਕ ਨੇ ਅੱਜ ਜਿਹੜੇ ਇਹ ਵਪਾਰ ਕਰਦੇ ਨੇ ਕਿ ਵੀਜ਼ਾ ਲਵਾ ਕੇ ਦੇਵਾਂਗੇ। ਅਪਲਾਈ ਕਰਨ ਵਾਲੇ ਬਹੁਤ ਲੋਕ ਮਿਲਣਗੇ ਦੋਸਤੋ, ਵੀਜ਼ੇ ਤੱਕ ਪਹੁੰਚਾਉਣ ਵਾਲੇ ਬੜੇ ਥੋੜ੍ਹੇ ਲੋਕ ਮਿਲਣਗੇ। ਅਸੀਂ ਲੈਂਦੇ ਹਾਂ ਸਾਰੇ ਪੈਸੇ, ਸਾਰੇ ਮਤਲਬ ਕੁਛ ਵੀ ਨਹੀਂ ਦੇਣਾ, ਇੱਕ ਨਵਾਂ ਰੁਪਈਆ ਨਹੀਂ ਦੇਣਾ। ਇੱਕ ਰਿਕਸ਼ੇ ਵਾਲਾ ਵੀ ਤੁਹਾਨੂੰ ਰਿਕਸ਼ੇ 'ਤੇ ਬਿਠਾਉਂਦਾ, ਬੱਸ ਸਟੈਂਡ ਤੋਂ ਸਟੇਸ਼ਨ ਤੋਂ ਤੁਹਾਨੂੰ ਘਰ ਲਾ ਕੇ ਪੈਸੇ ਲੈਂਦਾ, ਅਤੇ ਜਿੱਥੇ ਏਜੰਟਾਂ ਨੂੰ ਤੁਸੀਂ ਲੱਖਾਂ ਰੁਪਈਆ ਦੇ ਦਿੰਦੇ ਹੋ। ਫਿਰ ਤੁਸੀਂ ਪ੍ਰਸ਼ਾਸਨ ਨੂੰ ਜਾ ਕੇ ਕੰਪਲੇਂਟ ਕਰਦੇ ਹੋ ਕਿ ਸਾਡੇ ਪੈਸੇ ਨਹੀਂ ਮੁੜਦੇ ਪਏ, ਪੈਸੇ ਦਿੱਤੇ ਕਿਉਂ ਸੀ ਪਹਿਲਾਂ ਤੁਸੀਂ? ਇਹ ਸਵਾਲ ਆਪਣੇ ਆਪ ਨੂੰ ਪੁੱਛੋ। ਜਦੋਂ ਇੱਕ ਇਨਸਾਨ ਤੁਹਾਨੂੰ ਸਾਰੀਆਂ ਸਰਵਿਸਿਜ ਪੈਸੇ ਤੋਂ ਬਾਅਦ ਲੈ ਰਿਹਾ, ਵੀਜ਼ੇ ਲੱਗਣ ਤੋਂ ਬਾਅਦ ਅਸੀਂ ਪੈਸਾ ਲੈ ਰਹੇ ਹਾਂ, ਤਾਂ ਫਿਰ ਵੀ ਤੁਸੀਂ ਸਾਡੇ ਕੋਲ ਨਹੀਂ ਅਪਲਾਈ ਕਰ ਦਿਓਗੇ, ਤਾਂ ਤੁਸੀਂ ਆਪ ਉਹਦੇ ਜ਼ਿੰਮੇਵਾਰ ਹੋ। ਜਿੱਥੇ ਵੀ ਜਾਣਾ ਇਹ ਚੀਜ਼ ਯਾਦ ਰੱਖਿਓ ਕਿ ਜਿਹੜੇ ਪੈਸੇ ਪਹਿਲਾਂ ਦੇ ਦਿੱਤੇ ਇਹ ਪੈਸੇ ਵਾਪਸ ਨਹੀਂ ਹੋਣੇ। ਅੱਛਾ, ਬਹੁਤ ਸਾਰੇ ਬੱਚੇ ਨਾ ਦੋ ਦੋ ਤਿੰਨ ਤਿੰਨ ਫੂਜ਼ਲਾਂ ਹੁੰਦੀਆਂ ਨੇ, ਫਿਰ ਤੁਹਾਡੇ ਕੋਲ ਆਉਂਦੇ ਨੇ, ਕਾਫੀ ਨੁਕਸਾਨ ਕਰ ਬੈਠਦੇ ਨੇ, ਫਿਰ ਤੁਹਾਡੇ ਕੋਲ ਆ ਕੇ ਵੀਜ਼ਾ ਲੱਗ ਜਾਂਦਾ। ਜਦੋਂ ਬੱਚਾ ਉੱਥੇ ਪਹੁੰਚ ਜਾਂਦਾ, ਉੱਥੇ ਜਾ ਕੇ ਤਾਂ ਦਿਲ ਨਹੀਂ ਲੱਗਦਾ, ਪਰ ਆਪਣੇ ਮਾਂ ਪਿਓ ਨੂੰ ਦੱਸ ਨਹੀਂ ਸਕਦਾ, ਕਿਉਂਕਿ ਢੇਰ ਸਾਰਾ ਖਰਚਾ ਅਤੇ ਢੇਰ ਸਾਰੇ ਪੈਸੇ ਖਰਾਬ ਕਰ ਚੁੱਕਾ ਹੁੰਦਾ, ਅਤੇ ਉਹਨੂੰ ਵਾਪਸ ਨਹੀਂ ਆਉਣਾ ਚਾਹੁੰਦਾ ਕਿ ਮਾਂ ਪਿਓ ਦਾ ਦਿਲ ਟੁੱਟ ਜਾਏਗਾ। ਤੁਸੀਂ ਇਹ ਦੱਸੋ ਕਿ ਜੇ ਬੱਚੇ ਦਾ ਉੱਥੇ ਦਿਲ ਨਹੀਂ ਲੱਗਦਾ ਅਤੇ ਜੇ ਉਹ ਵਾਪਸ ਆ ਜਾਵੇ, ਉੱਥੇ ਦੀ ਪੜ੍ਹਾਈ ਦੀ ਵੈਲਿਊ ਇੱਥੇ ਆ ਕੇ ਪੈਂਦੀ? ਨਹੀਂ, ਪੜ੍ਹਾਈ ਦੀ ਕੋਈ ਵੈਲਿਊ ਨਹੀਂ ਜੀ। ਜਿਹਨੇ ਵੀ ਬੱਚੇ ਨੇ ਜਾਣਾ ਸੋਚ ਸਮਝ ਕੇ ਜਾਵੇ ਕਿ ਕੈਨੇਡਾ ਤੁਸੀਂ ਪੱਕੇ ਹੋਣ ਚੱਲੇ ਹੋ, ਤੁਸੀਂ ਕੈਨੇਡਾ ਸੈਟਲ ਹੋਣ ਚੱਲੇ ਹੋ, ਜਿਹੜਾ ਵੀ ਇੱਥੋਂ ਕਰਜ਼ਾ ਚੁੱਕ ਕੇ ਜਾ ਰਿਹਾ, ਮੈਂ ਉਸ ਬੱਚੇ ਨੂੰ ਮਨਾ ਕਰਾਂਗਾ ਕਿ ਨਾ ਕਰਜ਼ਾ ਚੁੱਕ ਕੇ ਜਾਓ, ਇਹ ਪੈਸੇ ਮੁੜੇ ਨਹੀਂ ਜਾਣੇ। ਆਪਣਾ ਪੈਸਿਆਂ ਦਾ ਪਹਿਲਾਂ ਅਰੇਂਜਮੈਂਟ ਕਰੋ, ਉਸ ਤੋਂ ਬਾਅਦ ਅਪਲਾਈ ਕਰੋ। ਅਤੇ ਜੇ ਨਹੀਂ ਪੈਸੇ ਮੁੜਨੇ, ਤਾਂ ਜਿਹੜੇ ਪੈਸੇ ਬੱਚੇ ਦੇ ਲੱਗਦੇ ਆ, ਦੋ ਤਿੰਨ ਸਾਲ ਰਹਿ ਕੇ ਉੱਥੇ ਉਹਦੇ ਪੂਰੇ? ਹਾਂਜੀ, ਆਰਾਮ ਨਾਲ, ਬੱਚਾ ਮਿਹਨਤੀ ਹੋਵੇ, ਬੱਚਾ ਸਾਲ 'ਚ ਆਪਣੇ ਪੈਸੇ ਪੂਰੇ ਕਰ ਲੈਂਦਾ, ਪੂਰੇ ਕਰਨਾ, ਕੰਮ ਕਰਨਾ ਪੈਂਦਾ। ਮੈਂ ਤਾਂ ਉੱਥੇ ਦੇਖਿਆ ਬੱਚਿਆਂ ਨੇ ਆਪਣੀਆਂ ਗੱਡੀਆਂ ਖਰੀਦੀਆਂ, ਬੱਚਿਆਂ ਨੇ ਗੱਡੀਆਂ ਲਈਆਂ, ਬੱਚੇ ਗਲਤ ਕੰਮ ਵੀ ਕਰਦੇ, ਬੱਚੇ ਮਾਂ ਬਾਪ ਕੋਲ ਘਰੋਂ ਵੀ ਪੈਸੇ ਮੰਗਾਉਂਦੇ ਆ, ਜਿਹੜੇ ਸਹੀ ਬੱਚੇ ਨੇ, ਕਈ ਤਰ੍ਹਾਂ ਦੇ, ਮੈਂ ਤੁਹਾਨੂੰ ਦੱਸਿਆ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ, ਸਿੰਸੀਅਰ ਬੱਚੇ ਜਿਹੜੇ, ਕਈ ਤਰ੍ਹਾਂ ਦੇ ਬੱਚੇ, ਤੁਹਾਡੇ ਕਹਿਣ ਦਾ ਮਤਲਬ ਜੇ ਸਿੰਸੀਅਰ ਬੱਚੇ ਨੇ, ਅਗਰ ਮਿਹਨਤ ਕਰਨ ਤੇ ਪਹਿਲੀ ਜਿਹੜੀ ਫੀਸ ਤੁਹਾਡੀ ਖਰਚ ਕੇ ਗਏ ਨੇ, ਉਸ ਤੋਂ ਬਾਅਦ ਬੱਚਾ ਆਪਣੇ ਸਾਰੇ ਪੈਸੇ ਕਮਾ ਸਕਦਾ, ਤੇ ਗਲਤ ਕੰਮ 'ਚ ਨਾ ਪਵੇ। ਅਸੀਂ ਸਾਰੇ ਬੱਚਿਆਂ ਨੂੰ ਇਹੀ ਵਾਰ ਵਾਰ ਕਹਿੰਦੇ ਰਹਿੰਦੇ ਹਾਂ ਕਿ ਬੱਚੇ ਮਾਂ ਪਿਓ ਦੇ ਬਹੁਤ ਸਾਰੇ ਪੈਸੇ ਖਰਚ ਹੁੰਦੇ, ਬੇਟਾ ਤੁਸੀਂ ਬੱਚੇ ਮਾਂ ਪਿਓ ਦੇ ਪੈਸੇ ਤਾਂ ਖਰਚ ਕਰਾਏ, ਉੱਥੇ ਜਾ ਕੇ ਕਿਸੇ ਨਸ਼ੇ 'ਚ ਜਾਂ ਕਿਸੇ ਗਲਤ ਕੰਮ 'ਚ ਨਾ ਪਓ, ਤਾਂ ਜੋ ਮਾਂ ਪਿਓ ਨੂੰ ਕੁਛ ਪੈਸੇ ਭੇਜੇ ਵੀ ਜਾ ਸਕਣ। ਅਤੇ ਤੁਸੀਂ ਬੱਚਿਆਂ ਨੂੰ ਕੀ ਇੱਦਾਂ ਦੇ ਸੰਦੇਸ਼ ਦੇਣਾ ਚਾਹੋਗੇ ਕਿ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ, ਤੁਹਾਡੇ ਥਰੂ ਜਾਣਾ ਚਾਹੁੰਦੇ ਆ ਜਾਂ ਕਿਸੇ ਹੋਰ ਦੇ ਥਰੂ ਜਾਣਾ ਚਾਹੁੰਦੇ, ਉਹਨਾਂ ਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ? ਜਿਹੜੇ ਵੀ ਬੱਚੇ ਅੱਜ ਕੈਨੇਡਾ ਜਾਣਾ ਚਾਹੁੰਦੇ ਆ, ਦੋ ਤਿੰਨ ਚੀਜ਼ਾਂ ਦਾ ਖਿਆਲ ਰੱਖੋ। ਪਲੱਸ ਟੂ ਪਾਸ ਹੋਣੀ ਚਾਹੀਦੀ ਹੈ। ਪਲੱਸ ਟੂ ਪਾਸ ਦਾ ਮਤਲਬ ਕਿ ਤੁਹਾਡੇ 33 ਨੰਬਰ ਵੀ ਹੈ, ਬਟ ਪਲੱਸ ਟੂ ਦਾ ਤੁਹਾਡੇ ਕੋਲ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ। ਤੁਸੀਂ ਪਲੱਸ ਟੂ ਅੱਜ ਤੋਂ 5 ਸਾਲ ਪਹਿਲਾਂ ਕੀਤੀ ਸੀ, ਤੁਹਾਡੀ ਪਲੱਸ ਟੂ ਓਰੀਜਨਲ ਹੋਣੀ ਚਾਹੀਦੀ ਹੈ। ਤੁਸੀਂ ਓਪਨ ਸਕੂਲਿੰਗ ਨਾ ਕੀਤੀ, ਪੰਜਾਬ ਸਕੂਲ ਨਾ, ਹਰਿਆਣਾ ਸਕੂਲਿੰਗ ਨਾ, ਜਾਂ ਤੁਸੀਂ ਨੈਸ਼ਨਲ ਓਪਨ ਬੋਰਡ ਨਾਲ ਵੀ ਪੜ੍ਹੇ ਹੋ, ਫਿਰ ਵੀ ਤੁਹਾਡੀ ਪਲੱਸ ਟੂ ਅਕਸੈਪਟੇਬਲ ਆ। ਤੁਸੀਂ ਕੋਈ ਡਿਪਲੋਮਾ ਕੀਤਾ 10ਵੀਂ ਤੋਂ ਬਾਅਦ, 3 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ, ਤਾਂ ਇਹ ਵੈਲਿਡ ਆ। ਤੁਸੀਂ ਕੋਈ GNM ਨਰਸਿੰਗ ਕੀਤੀ ਆ, BA BEd ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਕੀਤੀ ਆ, ਕੋਈ ਵੀ ਪਲੱਸ ਟੂ ਤੋਂ ਬਾਅਦ ਤੁਸੀਂ ਕੈਨੇਡਾ ਜਾ ਸਕਦੇ ਜੇ। ਜਿਹਨਾਂ ਬੱਚਿਆਂ ਦੇ ਆਇਲਸ ਦੇ ਵਿੱਚ ਬੈਂਡ ਘੱਟ ਹੈ, ਉਹ ਅੰਗਰੇਜ਼ੀ ਪੜ੍ਹਨ ਲਈ ਜਾ ਸਕਦੇ ਆ। ਜਿਹਨਾਂ ਦੇ 5-5.5 ਬੈਂਡ ਨੇ, ਅੰਗਰੇਜ਼ੀ ਪੜ੍ਹਨ ਦਾ ਵੀਜ਼ਾ ਉਹਨਾਂ ਨੂੰ ਮਿਲ ਜਾਂਦਾ। ਇਹ ਦੋ ਚੀਜ਼ਾਂ ਦਾ ਖਿਆਲ ਰੱਖਣਾ, ਜਦੋਂ ਵੀ ਕੇਸ ਆਪਣਾ ਅੰਬੈਸੀ ਨੂੰ ਜਮ੍ਹਾਂ ਕਰਾਉਣਾ, ਉਹਦੇ 'ਚ 15 ਲੱਖ ਰੁਪਏ ਦੇ ਫੰਡ ਜ਼ਰੂਰ ਲਾਉਣੇ ਆ। ਜੇਕਰ ਫੰਡ ਸ਼ੋਅ ਨਹੀਂ ਕਰਾਂਗੇ, ਵੀਜ਼ਾ ਰਿਫਿਊਜ਼ ਹੁੰਦਾ ਵਾ। ਇਹ ਜ਼ਿਆਦਾਤਰ ਏਜੰਟ ਬੱਚਿਆਂ ਨੂੰ ਮਨਾ ਕਰਦੇ ਆ ਕਿ ਫੰਡ ਸ਼ੋਅ ਕਰਨ ਦੀ ਕੋਈ ਲੋੜ ਨਹੀਂ ਹੁੰਦੀ। ਤੁਹਾਡੇ ਮਾਂ ਬਾਪ ਦੀ ਆਮਦਨ ਦਾ ਜੋ ਵੀ ਪਰੂਫ ਹੈ ਉਹ ਜ਼ਰੂਰ ਲੈਣਾ, ਔਰ ਫਾਈਲ ਦੇ ਵਿੱਚ ਸਟੇਟਮੈਂਟ ਆਫ ਪਰਪਸ ਜ਼ਰੂਰ ਲਾਉਣੀ ਹੈ, ਜਿਹਦੇ ਨਾਲ ਵੀਜ਼ਾ ਆਫਿਸਰ ਨੂੰ ਇਹ ਪਤਾ ਲੱਗੇ ਕਿ ਤੁਹਾਡੀ ਮਨਸ਼ਾ ਕੀ ਹੈ ਔਰ ਤੁਸੀਂ ਕੈਨੇਡਾ ਕੀ ਕਰਨ ਜਾਣਾ ਚਾਹੁੰਦੇ ਹੋ। ਇਹ 3-4 ਚੀਜ਼ਾਂ ਦਾ ਖਿਆਲ ਰੱਖਣਾ। ਪਹਿਲਾਂ ਪੈਸੇ ਨਹੀਂ ਦੇਣੇ ਕਿਸੇ ਨੂੰ ਵੀ, ਪੈਸੇ ਉਦੋਂ ਦੇਣੇ ਜਦੋਂ ਕਿਸੇ ਦਾ ਵੀਜ਼ਾ ਲੱਗੇ, ਤਾਂ ਪੈਸੇ ਦਿਓਗੇ ਤਾਂ ਠੱਗੀ ਹੋਣ ਤੋਂ ਬਚ ਜਾਓਗੇ। ਅਦਰਵਾਈਜ਼ ਜਿਹੜੇ ਪੈਸੇ ਦਿੱਤੇ ਆ ਇਹ ਪੈਸੇ ਵਾਪਸ ਨਹੀਂ ਹੋਣੇ, ਕੱਟ ਕੇ ਮਿਲਣਗੇ, ਨੁਕਸਾਨ ਹੋਏਗਾ, ਉਹਦੇ ਜ਼ਿੰਮੇਦਾਰ ਤੁਸੀਂ ਹੋਵੋਗੇ। ਅਸੀਂ ਲੈਂਦੇ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਵਿਨੇ ਜੀ, ਸਭ ਤੋਂ ਪਹਿਲਾਂ ਦੱਸੋ ਕਿ ਆਪਾਂ ਜਦੋਂ ਰਿਫਿਊਜ਼ਲ ਹੁੰਦੀ ਹੈ, ਹਾਂਜੀ, ਕਈ ਤਰ੍ਹਾਂ ਦੀਆਂ ਲੈਟਰਾਂ ਆਉਂਦੀਆਂ, ਅਲੱਗ ਅਲੱਗ ਤਰ੍ਹਾਂ ਦੀਆਂ ਸਾਨੂੰ ਮਿਲਦੀਆਂ ਨੇ ਕਿ
ਪਹਿਲਾਂ ਦੇਖਣ ਵਾਲੀ ਇਹ ਚੀਜ਼ ਹੈ ਵੀ ਵੀਜ਼ਾ ਰਿਫਿਊਜ਼ ਹੁੰਦਾ ਕਿਉਂ ਹੈ ਔਰ ਇਹਦੇ ਪਿੱਛੇ ਕੀ ਰੀਜ਼ਨ ਹੁੰਦੇ ਆ। ਵੀਜ਼ਾ ਰਿਫਿਊਜ਼ ਹੋਣਾ ਕਦੀ ਵੀ ਕਮੀ ਤੁਹਾਡੇ ਅੰਦਰ ਨਹੀਂ ਹੁੰਦੀ। ਹੋ ਸਕਦਾ ਜਿਹੜਾ ਅਫਸਰ ਤੁਹਾਡੀ ਫਾਈਲ ਚੈੱਕ ਕਰਦਾ ਪਿਆ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਨਾ ਪਾਇਆ ਹੋਵੇ, ਉਹਨੂੰ ਤੁਹਾਡੇ ਕਾਗਜ਼ ਚੰਗੀ ਤਰ੍ਹਾਂ ਸਮਝ ਨਾ ਲੱਗੇ ਹੋਣ। ਜਦੋਂ ਵੀ ਅਸੀਂ ਕਿਸੇ ਅੰਬੈਸੀ ਨੂੰ ਕਾਗਜ਼ ਲਾਉਣੇ ਆ, ਅਸੀਂ ਪ੍ਰੈਜੈਂਟੇਬਲ ਡਾਕੂਮੈਂਟ ਦੇਣੇ ਆ, ਅਸੀਂ ਆਪਣੇ ਆਪ ਨੂੰ ਪ੍ਰੈਜੈਂਟ ਕਰਨਾ ਹੁੰਦਾ ਵਾ। ਅਕਸਰ ਦੇਖਿਆ ਗਿਆ ਕਿ ਜਿਨ੍ਹਾਂ ਵੀ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੁੰਦੇ ਆ, ਉਹ ਬੱਚਿਆਂ ਦੇ ਕੋਰਸ ਦੀ ਚੋਣ ਸਹੀ ਨਹੀਂ ਕੀਤੀ ਗਈ ਹੁੰਦੀ, ਉਹਨਾਂ ਦੇ ਐਪਲੀਕੇਸ਼ਨ ਫਾਰਮ ਦੇ ਵਿੱਚ ਕੋਈ ਗਲਤ ਚੀਜ਼ ਭਰੀ ਗਈ ਹੁੰਦੀ ਹੈ, ਉਹਨਾਂ ਵੱਲੋਂ ਫੰਡ ਸਹੀ ਨਹੀਂ ਲਗਾਏ ਗਏ ਹੁੰਦੇ, ਉਹਨਾਂ ਵੱਲੋਂ ਇਨਕਮ ਦੇ ਡਾਕੂਮੈਂਟ ਸਹੀ ਨਹੀਂ ਲਗਾਏ ਗਏ ਹੁੰਦੇ। ਅੱਜ ਜਦੋਂ ਤੁਸੀਂ ਵਿਦੇਸ਼ ਦੇ ਵਿੱਚ ਪੜ੍ਹਨ ਜਾਣਾ, ਤੁਹਾਡੀ 6 ਮਹੀਨੇ ਦੀ ਫੀਸ, ਤੁਹਾਡਾ ਉੱਥੇ ਦਾ ਸਾਲ ਦਾ ਲਿਵਿੰਗ ਐਕਸਪੈਂਸ, ਇਹ ਤੁਸੀਂ ਪੈਸੇ ਖਾਤੇ ਦੇ ਵਿੱਚ ਦਿਖਾਉਣੇ ਹੁੰਦੇ ਆ ਜੋ ਇਮੀਜੀਏਟ ਤੁਹਾਡੇ ਲੱਗਣੇ ਆ। ਦੂਸਰੇ ਸ਼ਬਦਾਂ 'ਚ ਕਿ ਤੁਹਾਡੇ ਖਾਤੇ 'ਚ 15 ਲੱਖ ਰੁਪਈਆ ਹੋਣਾ ਚਾਹੀਦਾ। ਜਦੋਂ ਤੱਕ ਇਹ 15 ਲੱਖ ਰੁਪਈਆ ਨਹੀਂ ਹੁੰਦਾ, ਤੁਸੀਂ ਵੀਜ਼ੇ ਦੇ ਹੱਕਦਾਰ ਨਹੀਂ ਹੈਗੇ। ਔਰ ਇਹ ਵੀ 15 ਲੱਖ ਰੁਪਇਆ ਤੁਹਾਡੇ ਮਾਂ ਬਾਪ ਦੇ ਖਾਤੇ 'ਚ ਹੋਣਾ ਚਾਹੀਦਾ, ਸਹੁਰਿਆਂ ਦੇ ਖਾਤੇ 'ਚ ਨਹੀਂ ਹੋਣਾ ਚਾਹੀਦਾ। ਬਹੁਤ ਸਾਰੀ ਲੜਕੀਆਂ ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋਏ ਆ, ਉਹਨਾਂ ਦੇ ਪੈਸੇ ਜਿਹੜੇ ਸ਼ੋਅ ਕਰਨ ਵਾਲਾ ਸਹੁਰਾ ਪਰਿਵਾਰ ਹੁੰਦਾ ਵਾ, ਜਿੱਥੇ ਵੀਜ਼ਾ ਆਫਿਸਰ ਨੂੰ ਇਹ ਲੱਗਦਾ ਕਿ ਇਹ ਰਿਸ਼ਤਾ ਸਿਰਫ ਬਾਹਰ ਜਾਣ ਵਾਸਤੇ ਹੋਇਆ ਔਰ ਸਹੁਰਾ ਪਰਿਵਾਰ ਪੈਸੇ ਲਾ ਰਿਹਾ, ਜਿਹਦੇ ਕਰਕੇ ਅਕਸਰ ਵੀਜ਼ੇ ਰਿਫਿਊਜ਼ ਹੋ ਜਾਂਦੇ ਆ। ਤੁਸੀਂ ਆਪਣੇ ਮਾਂ ਬਾਪ ਦੇ ਪੈਸੇ ਆਪ ਸ਼ੋਅ ਕਰੋ, ਆਪ ਦੇ ਖਾਤੇ 'ਚ ਸ਼ੋਅ ਕਰੋ, ਵੀਜ਼ਾ ਲੱਗਦਾ। ਬਹੁਤ ਸਾਰੇ ਰੀਜ਼ਨ ਹੈਗੇ ਆ। ਜਦੋਂ ਤੁਸੀਂ ਕਿਸੇ ਚੰਗੇ ਕੰਸਲਟੈਂਟ ਕੋਲ ਜਾਓਗੇ, ਉਹ ਸਭ ਤੋਂ ਪਹਿਲਾਂ ਦੇਖਦਾ ਤੁਹਾਡੇ ਅੰਦਰ ਕਮੀ ਕੀ ਹੈ, ਉਸ ਕਮੀ ਨੂੰ ਪੂਰਾ ਕੀਤਾ ਜਾਂਦਾ। ਬਹੁਤ ਸਾਰੇ ਬੱਚਿਆਂ ਦੇ ਨੰਬਰ ਘੱਟ ਹੁੰਦੇ ਆ, ਆਇਲਸ ਦੇ ਵਿੱਚ ਬੈਂਡ ਘੱਟ ਹੁੰਦੇ ਆ, ਪੜ੍ਹਾਈ ਦੇ ਵਿੱਚ ਗੈਪ ਹੁੰਦਾ। ਬਹੁਤ ਸਾਰੇ ਤਰੀਕੇ ਹੁੰਦੇ ਇੱਦਾਂ ਦੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਫਾਈਲ ਨੂੰ ਚੰਗੀ ਤਰ੍ਹਾਂ ਪ੍ਰੈਜੈਂਟ ਕਰ ਸਕਦੇ ਹੋ। ਜੀ ਵਿਨੇ ਜੀ, ਕਈ ਆਪਾਂ ਇੱਥੇ ਕੇਸ ਦੇਖੇ ਨੇ, ਨੰਬਰ ਵੀ ਠੀਕ ਨੇ, ਬੈਂਡ ਵੀ ਠੀਕ ਨੇ, ਬੈਂਕ ਬੈਲੈਂਸ ਵੀ ਠੀਕ ਹੈ, ਸਾਰਾ ਕੁਝ ਠੀਕ ਹੈ, ਫਿਰ ਵੀ ਵੀਜ਼ਾ ਰਿਫਿਊਜ਼ ਹੋ ਜਾਂਦਾ, ਇਹਦਾ ਕੀ ਕਾਰਨ ਹੁੰਦਾ? ਜਦੋਂ ਕਿਸੇ ਦੇ ਨੰਬਰ ਚੰਗੇ ਹੈ, ਕਿਸੇ ਦੇ ਬੈਂਡ ਵਧੀਆ ਵਾ, ਸਾਰਾ ਕੁਝ ਠੀਕ ਹੈ, ਉਹਦੇ ਮਾਂ ਬਾਪ ਦੇ ਕੋਲ ਆਮਦਨ ਦਾ ਕੋਈ ਪ੍ਰੂਫ ਹੀ ਨਹੀਂ ਹੈਗਾ, ਉਹਨਾਂ ਨੇ ਪੂਰੇ ਕਾਗਜ਼ਾਤ ਜਮ੍ਹਾਂ ਹੀ ਨਹੀਂ ਕਰਾਏ ਗਏ, ਜਦੋਂ ਤੱਕ ਤੁਸੀਂ ਟਿਕਟ ਨਹੀਂ ਲਓਗੇ ਬੱਸ ਦੇ ਵਿੱਚ ਬੈਠ ਕੇ, ਤੁਸੀਂ ਕਿੱਦਾਂ ਆਪਣੇ ਟਿਕਾਣੇ 'ਤੇ ਪਹੁੰਚ ਜਾਓਗੇ? ਜ਼ਰੂਰੀ ਥੋੜ੍ਹੀ ਕਿ ਜਦੋਂ ਤੁਹਾਨੂੰ ਕੋਈ ਕੰਡਕਟਰ ਫੜੇ ਕਿ ਭਾਈ ਤੂੰ ਬਗੈਰ ਟਿਕਟ 'ਤੇ ਜਾ ਰਿਹਾ, ਉਦੋਂ ਤੁਸੀਂ ਕਹੋ ਮੈਨੂੰ ਟਿਕਟ ਦੇ ਦੇ। ਤੁਸੀਂ ਜਦੋਂ ਆਪਣੀ ਫਾਈਲ ਅੰਬੈਸੀ ਨੂੰ ਲਾਉਣੀ ਹੈ, ਫਾਈਲ ਦੇ ਵਿੱਚ 15 ਲੱਖ ਰੁਪਏ ਦੀ ਸਟੇਟਮੈਂਟ ਲਾਉਣੀ ਹੈ, ਆਪਣੇ ਮਾਂ ਬਾਪ ਦਾ 5 ਲੱਖ ਰੁਪਈਏ ਦਾ ਇਨਕਮ ਦਾ ਪਰੂਫ ਲਾਉਣਾ ਵਾ, ਜਿਹੜੀ ਉਹਨਾਂ ਨੂੰ ਸਾਲਾਨਾ 5 ਲੱਖ ਰੁਪਇਆ ਆਮਦਨ ਹੈ, ਔਰ ਤੁਸੀਂ ਆਪਣਾ 10ਵੀਂ 12ਵੀਂ ਦਾ ਸਰਟੀਫਿਕੇਟ ਲਾਉਣਾ, ਔਰ ਆਇਲਸ ਦਾ ਸਰਟੀਫਿਕੇਟ ਲਾਉਣਾ, ਔਰ ਜੇ ਕੋਈ ਗੈਪ ਹੈ ਤਾਂ ਗੈਪ ਦਾ ਪਰੂਫ ਲਾਉਣਾ। ਜਦੋਂ ਤੁਸੀਂ ਕੋਈ ਕਾਗਜ਼ ਨਹੀਂ ਲਾਉਂਦੇ, ਉਹ ਵੀਜ਼ਾ ਰਿਫਿਊਜ਼ ਹੋ ਜਾਂਦਾ। ਉੱਥੇ ਤੁਹਾਡੇ ਵਾਲੀ ਗੱਲ ਕਿ ਜੇ ਨੰਬਰ ਵੀ ਚੰਗੇ ਆ, ਬੈਂਡ ਵੀ ਚੰਗੇ ਆ, ਤੁਸੀਂ ਕਹਿੰਦੇ ਜੀ ਵੀਜ਼ਾ ਰਿਫਿਊਜ਼ ਹੋਣਾ ਹੀ ਨਹੀਂ ਚਾਹੀਦਾ। ਨੰਬਰ ਚੰਗੇ, ਬੈਂਡ ਚੰਗੇ, ਉਹਨੂੰ ਅਪਲਾਈ ਤਾਂ ਕਰਨਾ ਪੈਣਾ ਨਾ, ਫਾਰਮ ਦੇ ਵਿੱਚ ਹੀ ਤੁਸੀਂ ਕੋਈ ਗਲਤੀ ਕਰ ਜਾਓਗੇ ਤਾਂ ਕਿੱਦਾਂ ਕਾਮਯਾਬ ਹੋਵੋਗੇ? ਪਰ ਜਿੱਦਾਂ ਅਪਲਾਈ ਕਰ ਦਿੱਤਾ ਜੀ, ਸਾਰਾ ਕੁਝ ਠੀਕ ਹੈ, ਕਈ ਵਾਰੀ ਜਿਹੜਾ ਵੀਜ਼ਾ ਜਿਹੜਾ ਅਫਸਰ ਹੈ ਉਹ ਦੇਖਦਾ ਜੀ ਮੈਂ 1, 2, 3, 4, 5 ਵੀਜ਼ੇ ਲਗਾ ਤੇ ਯਾਰ, ਇੰਨੇ ਜ਼ਿਆਦਾ ਲਗਾ ਤੇ, 6ਵਾਂ ਯਾਰ ਕੋਈ ਆਪਾਂ ਰਿਫਿਊਜ਼ ਵੀ ਕਰੀਏ, ਉਹਦਾ ਰਿਫਿਊਜ਼ ਹੋ ਜਾਂਦਾ, ਉਹ ਬੱਚਾ ਕੀ ਕਰੇ? ਉਹ ਠੀਕ ਸੀਗਾ, ਸਾਰੀ ਜਗ੍ਹਾ ਠੀਕ ਸੀਗਾ, ਉਹਦੇ ਬੈਲੈਂਸ ਵੀ ਠੀਕ ਸੀਗੇ, ਉਹਦੇ ਨੰਬਰ ਵੀ ਠੀਕ ਸੀਗੇ, ਆਇਲਸ ਬੈਂਡ ਵੀ ਠੀਕ ਸੀਗੇ, ਪਰ ਵੀਜ਼ਾ ਅਫਸਰ ਦਾ ਮੂਡ ਨਹੀਂ ਸੀਗਾ। ਵੀਜ਼ਾ ਅਫਸਰ ਦੇ ਮੂਡ ਦੀ ਗੱਲ ਨਹੀਂ ਹੁੰਦੀ ਜੀ, ਅਲਟੀਮੇਟਲੀ ਦੇਖਣ ਵਾਲੀ ਗੱਲ ਹੈ ਵੀ ਜਦੋਂ ਤੁਸੀਂ ਇੱਕ ਡਾਕਟਰ ਕੋਲ ਇਲਾਜ ਨਹੀਂ ਆਰਾਮ ਨਹੀਂ ਆਇਆ ਤੁਹਾਨੂੰ, ਤੁਸੀਂ ਫਿਰ ਦੂਜੇ ਡਾਕਟਰ ਕੋਲ ਜਾਂਦੇ ਹੋ, ਫਿਰ ਤੀਜੇ ਕੋਲ ਜਾਂਦੇ ਹੋ, ਫਿਰ ਚੌਥੇ ਕੋਲ ਜਾਂਦੇ ਹੋ, ਅਲਟੀਮੇਟਲੀ ਤੁਸੀਂ ਸਪੈਸ਼ਲਿਸਟ ਕੋਲ ਪਹੁੰਚ ਜਾਂਦੇ ਹੋ ਜਿਹਦਾ ਕੰਮ ਹੀ ਇਹ ਹੈ। ਸਾਡੇ ਕੋਲ ਰੋਜ਼ ਸਵੇਰ ਤੋਂ ਸ਼ਾਮ ਤੱਕ ਰਿਫਿਊਜ਼ਲ ਵਾਲੇ ਬੱਚੇ ਆਉਂਦੇ ਆ। ਅਸੀਂ ਜ਼ਿਆਦਾਤਰ ਤਰਜੀਹ ਦਿੰਦੇ ਹਾਂ ਉਹਨਾਂ ਬੱਚਿਆਂ ਨੂੰ ਜਿਹਨਾਂ ਦੇ ਨੰਬਰ ਘੱਟ ਹੈ। ਅਸੀਂ ਸ਼ਰੇਆਮ ਐਡ ਕਰਦੇ ਹਾਂ 33% ਵਾਲਾ ਬੱਚਾ ਵੀ ਜਾ ਸਕਦਾ। ਕਿੱਥੇ ਲਿਖਿਆ 33% ਵਾਲਾ ਬੱਚਾ ਜਾ ਸਕਦਾ? ਕੌਣ ਕਹਿੰਦਾ ਵਾ ਕਿ 33% ਵਾਲਾ ਬੱਚਾ ਜਾ ਸਕਦਾ? ਅਸੀਂ ਤਾਂ ਲਿਖ ਕੇ ਦਿੰਦੇ ਹਾਂ, ਅਖਬਾਰ ਦੇ ਵਿੱਚ ਲਿਖ ਕੇ ਬੱਚੇ ਦੇ ਘਰ ਭੇਜਦੇ ਹਾਂ, ਸਾਰੀਆਂ ਅਖਬਾਰਾਂ 'ਚ ਲਿਖਾ ਕੇ ਭੇਜਤਾ। ਕੀ ਲਿਖਿਆ ਕਿ 33% ਨੰਬਰ ਵਾਲਾ ਵੀ ਜਾ ਸਕਦਾ? ਪਰ ਕਿੱਦਾਂ ਪੋਸੀਬਲ ਹੈ 33% ਵਾਲਾ? ਕੋਰਸ ਬਣੇ ਆ 33 ਨੰਬਰਾਂ ਵਾਲੇ, ਬੱਚਾ 12ਵੀਂ ਪਾਸ ਹੋਣਾ ਚਾਹੀਦਾ। ਅੱਜ ਬਹੁਤ ਗਿਣਤੀ ਦੇ ਵਿੱਚ ਦੇਖਿਆ ਗਿਆ ਕਿ ਬੱਚੇ ਕੰਪਿਊਟਰ ਦੀ ਐਜੂਕੇਸ਼ਨ ਲੈਣਾ ਚਾਹੁੰਦੇ ਆ, ਬੱਚਾ ਮਕੈਨੀਕਲ ਇੰਜੀਨੀਅਰਿੰਗ ਕਰਨਾ ਚਾਹੁੰਦਾ, ਬੱਚਾ ਸਿਵਲ ਇੰਜੀਨੀਅਰ ਬਣਨਾ ਚਾਹੁੰਦਾ, ਕਿ ਕੈਨੇਡਾ ਦੇ ਵਿੱਚ ਇਹਨਾਂ ਕੋਰਸਾਂ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ, ਇਹਦੇ ਬੇਸ 'ਤੇ PR ਹੋ ਜਾਂਦੀ ਹੈ। ਕੀ ਮਕੈਨੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ ਦੇ ਕੋਰਸ ਦੀ ਰਿਕੁਆਇਰਮੈਂਟ ਕਦੀ ਚੈੱਕ ਕੀਤੀ ਅਸੀਂ? ਇਸ ਕੋਰਸ ਦੀ ਰਿਕੁਆਇਰਮੈਂਟ ਹੈ ਕਿ ਹਿਸਾਬ ਦੇ ਵਿੱਚ 60 ਨੰਬਰ ਹੋਣੇ ਚਾਹੀਦੇ 12ਵੀਂ 'ਚ, ਨੰਬਰ ਹੁੰਦੇ 55, ਵੀਜ਼ਾ ਰਿਫਿਊਜ਼ ਹੀ ਹੋਣਾ ਜੀ। ਕੋਰਸ ਦੀ ਆਪਣੀ ਇੱਕ ਰਿਕੁਆਇਰਮੈਂਟ ਹੈ, ਕੋਰਸ ਉਹ ਲੈਣਾ ਪੈਣਾ ਜਿਹਦੇ 'ਚ 33 ਨੰਬਰ ਚੱਲ ਜਾਂਦੇ। ਅੱਛਾ, ਸਾਡੇ ਲੋਕ ਪਹੁੰਚਦੇ ਨਹੀਂ ਉੱਥੇ ਤੱਕ। ਮੈਂ ਜਿਹੜੇ ਜਿਹੜੇ ਕੋਰਸ ਤੁਹਾਡੇ ਨੰਬਰ ਘੱਟ ਨੇ ਤੁਸੀਂ ਉਹਦੇ ਅਪਲਾਈ ਕਰੋ। ਤੁਸੀਂ ਬੇਸਿਕਲੀ ਕੋਰਸ ਦੀ ਰਿਕੁਆਇਰਮੈਂਟ ਹੈ, ਠੀਕ ਹੈ। ਜਲੰਧਰ ਤੋਂ ਅੰਮ੍ਰਿਤਸਰ ਜਾਣ ਦੀ ਟਿਕਟ ਹੈ 50 ਰੁਪਈਏ ਦੀ,
ਤੁਹਾਡੇ ਕੋਲ 40 ਰੁਪਈਏ ਅਗਲੇ ਨੇ ਰਈਏ ਲਾ ਦੇਣਾ, ਅਗਲਿਆਂ ਨੇ ਲੈ ਕੇ ਨਹੀਂ ਜਾਣਾ ਅੰਮ੍ਰਿਤਸਰ, ਅਤੇ ਨੰਬਰ ਚਾਹੀਦੇ 33% ਜਾਂ ਨੰਬਰ ਚਾਹੀਦੇ 60%, ਨੰਬਰ ਹੈ 50%, ਕਿੱਦਾਂ ਵੀਜ਼ਾ ਦੇ ਦੂਗਾ ਜੀ ਅਗਲਾ ਬੰਦਾ, ਅਗਲੇ ਬੰਦੇ ਨੌਕਰੀ ਨਹੀਂ ਕਰਨੀ। ਇੱਕ ਵੀਜ਼ਾ ਔਫਿਸਰ ਨੂੰ ਇਹ ਹਦਾਇਤ ਦਿੱਤੀ ਗਈ ਕਿ ਵੀਰ ਜਾਂ ਤੂੰ ਵੀਜ਼ਾ ਦੇਣਾ ਅਤੇ ਜਾਂ ਰਿਫਿਊਜ਼ ਕਰਨਾ। ਜਦੋਂ ਉਹਨੇ ਦੇਣਾ ਤਾਂ ਉਹਨੇ ਉਹ ਦੇਖਣਾ ਕਿ ਇਹਦੇ ਨੰਬਰ ਪੂਰੇ ਆ ਤਾਂ ਦੇ ਦੇਣਾ, ਅਤੇ ਜਦੋਂ ਉਹਨੇ ਦੇਖਣਾ ਕਿ ਵੀਜ਼ਾ ਰਿਫਿਊਜ਼ ਉਹ ਕਰਨਾ, ਅਤੇ ਜਦੋਂ ਕਿਸੇ ਦੇ ਨੰਬਰ ਘੱਟ ਨੇ ਤਾਂ ਉਹਨੇ ਵੀਜ਼ਾ ਰਿਫਿਊਜ਼ ਹੀ ਕਰਨਾ। ਦੇਖਣ ਵਾਲੀ ਗੱਲ ਹੈ ਕਿ ਕੋਰਸ ਦੀ ਰਿਕੁਆਇਰਮੈਂਟ ਪੂਰੀ ਹੋ ਰਹੀ ਹੈ। ਬਹੁਤ ਸਾਰੇ ਇੱਦਾਂ ਦੇ ਕੋਰਸ ਹੈ ਜਿਨ੍ਹਾਂ 'ਚ ਮੈਥ ਚਾਹੀਦੇ ਨੇ। ਖਾਣਾ ਬਣਾਉਣ ਦਾ ਕੋਰਸ ਹੈ ਕੁੱਕਰੀ ਦਾ, ਹੋਰ ਖਾਣਾ ਬਣਾਉਣ ਦੇ ਕੋਰਸ ਦੇ ਵਿੱਚ ਹਿਸਾਬ ਨੇ ਕੀ ਕਰ ਲੈਣਾ ਜੀ, ਉਹ 'ਚ 33 ਵੀ ਆਉਂਦੇ ਕੋਈ ਗੱਲ, ਪੂਰੇ 33 ਵੀ ਚੱਲ ਜਾਣੇ। ਖਾਣਾ ਬਣਾਉਣ ਵਾਲੇ ਕੋਰਸ ਦੇ ਵਿੱਚ 7 ਬੈਂਡ ਅੰਗਰੇਜ਼ੀ ਦੇ ਕਿਉਂ ਚਾਹੀਦੇ ਜੀ, ਉਹ 'ਚ 5.5 ਨੇ ਵੀਜ਼ਾ ਲੱਗ ਜਾਣਾ। ਇੱਕ ਬੰਦੇ ਨੇ ਪਤੀਲੇ ਦੇ ਵਿੱਚ ਕੜਾਹੀ ਦੇ ਵਿੱਚ ਖੜਾ ਸਬਜ਼ੀ ਬਣਾਉਣੀ ਹੈ ਜੀ, ਮਿਰਚਾਂ ਪਾਉਣੀਆਂ ਉਹਦੇ 'ਚ, ਮਸਾਲਾ ਪਾਉਣਾ, ਅਤੇ ਉੱਥੇ ਅੰਗਰੇਜ਼ੀ ਦੇ 6.5 ਬੈਂਡ ਨਹੀਂ ਨਾ ਚਾਹੀਦੇ, ਉੱਥੇ 5.5 ਬੈਂਡ ਨਾਲ ਵੀਜ਼ਾ ਆ ਜਾਣਾ। ਉੱਥੇ ਹਿਸਾਬ ਨਹੀਂ ਚਾਹੀਦਾ, ਉੱਥੇ ਸਾਇੰਸ ਨਹੀਂ ਚਾਹੀਦੀ, ਉੱਥੇ ਬੰਦਾ ਚਾਹੀਦਾ ਜਿਹਨੂੰ ਸ਼ੌਂਕ ਹੈ। ਅਤੇ ਬਹੁਤ ਸਾਰੇ ਦੋਸਤੋ ਇੱਦਾਂ ਦੇ ਕੋਰਸ ਹੈ ਜਿਨ੍ਹਾਂ ਕੋਰਸਾਂ ਦੇ ਵਿੱਚ ਨੰਬਰਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ, ਜਿਨ੍ਹਾਂ 'ਚੋਂ ਇੱਕ ਕੋਰਸ ਆ ਮੈਂ ਨਾਂ ਲਿਆ, ਕੁੱਕਰੀ ਦਾ, ਕੁੱਕ ਦਾ, ਰਸੋਈਏ ਦਾ, ਸ਼ੈਫ ਦਾ। ਖਾਣਾ ਬਣਾਉਣਾ, ਖਾਣਾ ਖਾਣਾ ਹਰ ਇਨਸਾਨ ਦੀ ਇੱਕ ਜ਼ਰੂਰਤ ਹੈ, ਔਰ ਖਾਣਾ ਬਣਾਉਣਾ ਦੁਨੀਆ ਦਾ ਸਭ ਤੋਂ ਵੱਡਾ ਹੁਨਰ ਹੈ। ਇਸ ਹੁਨਰ ਵਾਸਤੇ ਤੁਹਾਨੂੰ ਆਇਲਸ ਦੇ ਘੱਟ ਨੰਬਰਾਂ 'ਤੇ ਵੀ ਦਾਖਲਾ ਮਿਲ ਜਾਂਦਾ, ਇਸ ਹੁਨਰ ਵਾਸਤੇ ਤੁਹਾਨੂੰ ਘੱਟ ਨੰਬਰਾਂ ਨਾਲ ਵੀ ਦਾਖਲਾ ਮਿਲ ਜਾਂਦਾ। ਇਹ ਇੱਕ ਇਗਜ਼ਾਮਪਲ ਸੀਗੀ। ਇੱਦਾਂ ਹੀ ਵੈਲਡਿੰਗ ਦਾ ਕੋਰਸ ਹੁੰਦਾ, ਇੱਦਾਂ ਹੀ ਪਲੰਬਰ ਦਾ ਕੋਰਸ ਹੁੰਦਾ, ਇੱਦਾਂ ਹੀ ਵਾਲ ਕੱਟਣ ਵਾਲੇ ਦਾ ਵੀ ਕੋਰਸ ਹੁੰਦਾ। ਇੱਕ ਨਹੀਂ ਕੋਰਸ, ਹਜ਼ਾਰਾਂ ਹੀ ਕੋਰਸ ਹੁੰਦੇ ਆ ਜਿਨ੍ਹਾਂ 'ਚ 33% ਵਾਲੇ ਦਾ ਵੀਜ਼ਾ ਲਿੱਤਾ ਜਾ ਸਕਦਾ। ਦੇਖਣ ਵਾਲੀ ਗੱਲ ਹੈ ਕਿ ਜਿਹੜੀ ਦੁਕਾਨ 'ਤੇ ਆਪਾਂ ਚੱਲੇ ਹਾਂ, ਕੀ ਉਹ ਦੁਕਾਨ 'ਤੇ ਵੀਜ਼ਾ ਲਵਾਉਣ ਦਾ ਕੰਮ ਕੀਤਾ ਜਾਂਦਾ। ਅੱਜ ਜ਼ਿਆਦਾਤਰ ਲੋਕ ਤਾਂ ਐਡਵਾਂਸ ਪੈਸੇ ਲੈਣ ਵਾਸਤੇ ਕੰਮ ਕਰਦੇ ਆ। ਕਿਸੇ ਵੀ ਜਗ੍ਹਾ 'ਤੇ ਜਾਂਦੇ ਹਾਂ, 10,000 ਦੇ ਦਿਓ, 20,000 ਦੇ ਦਿਓ, 50,000 ਦੇ ਦਿਓ, ਵੀਜ਼ੇ ਦੀ ਕੋਈ ਗੱਲ ਹੀ ਨਹੀਂ ਕਰਦਾ, ਵੀਜ਼ਾ ਲੱਗਣਾ ਕਿ ਨਹੀਂ ਲੱਗਣਾ। 99.99% ਕਹਿ ਕੇ ਛੱਡ ਦਿੰਦੇ, 1% ਕੋਲੋਂ ਰੱਖ ਲੈਂਦੇ ਆ। ਕਹਿੰਦੇ ਕੀ ਆ, ਲੋਕ ਕਹਿੰਦੇ ਨਹੀਂ ਮੈਂ ਰੱਬ ਥੋੜ੍ਹੀ ਹੈਗਾ, ਮੈਂ ਕੋਈ ਵੀਜ਼ਾ ਆਫਿਸਰ ਥੋੜ੍ਹੀ ਲੱਗਾ ਜੀ, ਮੇਰੀ ਕੋਈ ਮਾਸੀ ਜਾਂ ਭੂਆ ਥੋੜ੍ਹੀ ਲੱਗੀ ਅੰਬੈਸੀ 'ਚ। 1% ਤਾਂ ਅੰਬੈਸੀ ਦੇ ਕੋਲ ਹੱਕ ਹੈ, ਜੇ 1% ਅੰਬੈਸੀ ਦੇ ਕੋਲ ਹੱਕ ਹੈ ਤਾਂ ਫਿਰ ਤੁਹਾਨੂੰ 99% ਦਾ ਵੀ ਹੱਕ ਨਹੀਂ ਹੈਗਾ, ਫਿਰ ਤੁਹਾਨੂੰ 1% ਦਾ ਹੱਕ ਹੈ। ਤੁਸੀਂ ਕਹੋ 99% ਵੀਜ਼ਾ ਅੰਬੈਸੀ ਨੇ ਦੇਣਾ, 1% ਸਾਡਾ ਤੁੱਕਾ ਲੱਗ ਜਾਏਗਾ ਅਤੇ ਅਸੀਂ ਪੈਸੇ ਲੈ ਲਾਂਗੇ, ਜਿੱਥੇ ਅਸੀਂ 100% ਦੀ ਗਰੰਟੀ ਲੈਂਦੇ ਹਾਂ। ਜੀ ਹਾਂ, ਅਸੀਂ 100% ਦੀ ਗਰੰਟੀ ਲੈਂਦੇ ਹਾਂ, 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਜਾਣਗੇ। ਇਹ ਚੀਜ਼ ਇਸ਼ਤਿਹਾਰ ਦੇ ਵਿੱਚ ਲਿਖ ਕੇ ਸਾਰਿਆਂ ਦੇ ਘਰ ਭੇਜੀ ਗਈ ਹੈ ਅਖਬਾਰ ਦੇ ਜ਼ਰੀਏ। ਜੇ 33% ਦੀ ਗੱਲ ਕੀਤੀ ਸੀ, 33% ਲੋਕਾਂ ਦੇ ਘਰ ਇਸ਼ਤਿਹਾਰ ਪਹੁੰਚਿਆ। 100% ਪੈਸੇ ਵੀਜ਼ਾ ਲੱਗਣੇ ਕੇ ਬਾਅਦ, 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ ਇਹ ਚੀਜ਼ ਅਖਬਾਰ ਦੇ ਵਿੱਚ ਕਢਾ ਕੇ ਸਾਰਿਆਂ ਦੇ ਘਰ ਦਿੱਤੀ ਗਈ ਕਿ ਪੈਸੇ ਵੀ ਉਦੋਂ ਦੇਣੇ ਜਦੋਂ ਵੀਜ਼ਾ ਲੱਗੇ। ਅਤੇ ਫਿਰ 99% ਜਾਂ 1% ਨਾਲ ਬੇਵਕੂਫ ਤਾਂ ਅਸੀਂ ਆਪ ਬਣਦੇ ਹਾਂ। ਕਹਿੰਦੇ ਜੀ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ, ਮੈਨੂੰ ਤਾਂ ਏਜੰਟ ਨੇ ਕਿਹਾ ਸੀ 99% ਵੀਜ਼ਾ ਲੱਗ ਜੂਗਾ। ਅਤੇ ਵੀਰ ਜੀ ਇੱਕ ਚੀਜ਼ ਯਾਦ ਰੱਖਿਓ, ਆਪਣੇ ਮਾਂ ਬਾਪ ਨੂੰ ਪੁੱਛ ਲਿਓ ਜੇ ਤੁਹਾਨੂੰ ਹਿਸਾਬ 'ਚ ਕਮਜ਼ੋਰ ਹੋ। 99% ਔਰ 1% 'ਚ ਫਰਕ ਕੀ ਹੁੰਦਾ? ਕੋਈ ਫਰਕ ਨਹੀਂ ਜੀ ਹੁੰਦਾ, ਵੀਜ਼ਾ ਇੰਡਸਟਰੀ 'ਚ ਕੋਈ ਫਰਕ ਨਹੀਂ ਹੈਗਾ। ਜਾਂ ਜਿੱਤਣਾ ਤਾਂ ਜਾਂ ਹਾਰਨਾ, ਜਿੱਤਣਾ ਤਾਂ 100% ਹੈ, ਹਾਰਨਾ ਤਾਂ 99.99% ਨਾਲ ਵੀ ਹਾਰ ਜਾਣਾ। ਇਟਸ ਬੈਟਰ ਕਿ ਉੱਥੋਂ ਅਪਲਾਈ ਕਰੀਏ ਜਿੱਥੇ ਪੈਸੇ ਨਹੀਂ ਲਿੱਤੇ ਜਾਂਦੇ, 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਕੁਛ ਸਟੂਡੈਂਟਸ ਦਾ ਸਾਨੂੰ ਜਿੱਦਾਂ ਕਾਲਸ ਵੀ ਆਉਂਦੀਆਂ ਨੇ, ਤੁਸੀਂ ਕਹਿੰਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਤੁਸੀਂ ਤੁਹਾਡੇ ਕੋਲ ਬੱਚਾ ਆਇਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਤੁਸੀਂ ਕਹਿ ਦਿੱਤਾ ਇੱਕ ਵਾਰੀ ਰਿਫਿਊਜ਼ ਹੋਇਆ, ਦੋ ਵਾਰੀ ਰਿਫਿਊਜ਼ ਹੋਇਆ, ਤਿੰਨ ਵਾਰੀ ਰਿਫਿਊਜ਼, ਤੁਹਾਡੇ ਕੋਲ ਰਿਫਿਊਜ਼ ਹੁੰਦੇ ਨੇ, ਆਪਾਂ ਨਹੀਂ ਕਹਿੰਦੇ ਸਾਰਿਆਂ ਦੇ ਵੀਜ਼ਾ ਰਿਫਿਊਜ਼ ਹੁੰਦੇ, ਤੁਸੀਂ ਉਹਨੂੰ ਪਾਸਪੋਰਟ ਵਾਪਸ ਕਰ ਦਿੱਤਾ ਕਰਤਾ ਜੀ। ਉਹ ਸਟੂਡੈਂਟ ਕਹਿੰਦਾ ਜੀ ਮੇਰੇ ਕੋਲ ਪੈਸੇ ਲੈ ਲੈਂਦੇ ਜੇ ਜ਼ਿਆਦਾ ਵਧੀਆ ਸੀਗਾ, ਹਾਂਜੀ ਮੇਰਾ ਰਿਫਿਊਜ਼ ਕਰਵਾ ਦਿੱਤਾ, ਮੈਨੂੰ 2-3 ਵਾਰੀ ਮੇਰਾ ਰਿਫਿਊਜ਼ ਹੋ ਗਿਆ, ਮੇਰਾ ਅੱਗੋਂ ਕੈਰੀਅਰ ਦਾ ਕੀ ਬਣੇਗਾ? ਕੈਰੀਅਰ ਦਾ ਇੱਦਾਂ ਵੀ ਕੈਰੀਅਰ ਤਾਂ ਸਾਈਕਲ ਦੇ ਮਗਰ ਲੱਗਾ ਹੁੰਦਾ ਜੀ ਇੱਕ, ਅਤੇ ਦੂਜਾ ਕੈਰੀਅਰ ਬੱਚੇ ਦਾ ਜਿਹਦਾ ਵੀਜ਼ਾ ਆਲਰੇਡੀ 2 ਵਾਰੀ ਰਿਫਿਊਜ਼ ਆ, ਉਹਦੇ ਆਪ 'ਚ ਕਮੀ ਹੈ ਨਾ। ਵੀਜ਼ਾ ਰਿਫਿਊਜ਼ ਇੱਕ ਸਟੂਡੈਂਟ ਦਾ ਹੁੰਦਾ, ਵੀਜ਼ਾ ਲੱਗਦਾ ਵੀ ਇੱਕ ਸਟੂਡੈਂਟ ਦਾ। ਕੰਸਲਟੈਂਟ ਦਾ ਕੰਮ ਹੁੰਦਾ ਉਹਨੂੰ ਪ੍ਰੈਜੈਂਟ ਕਰਨਾ ਅੰਬੈਸੀ 'ਚ, ਕਿਸੇ ਦੇ ਨੰਬਰ ਥੋੜ੍ਹੇ ਅਸੀਂ ਨੰਬਰ ਚੇਂਜ ਕਰ ਲਾਂਗੇ, ਕੋਈ ਫੰਡ ਹੀ ਹੈ ਨਹੀਂ, ਬੰਦਾ ਸਾਨੂੰ ਫਾਈਲ ਦੇ ਗਿਆ, ਉਹਨੇ ਜਾ ਕੇ ਬੈਂਕ 'ਚੋਂ ਪੈਸੇ ਕਢਾ ਲਏ, ਕਹਿੰਦੇ ਜੀ ਮੇਰਾ ਵੀਜ਼ਾ ਤੁਸੀਂ ਰਿਫਿਊਜ਼ ਕਰਾਤਾ। ਵੀਰ ਮੈਂ ਕਿਉਂ ਰਿਫਿਊਜ਼ ਕਰਾਵਾਂ ਯਾਰ, ਮੇਰੀ ਤਾਂ ਦੁਕਾਨਦਾਰੀ ਆ, ਮੈਂ ਤਾਂ ਪੈਸੇ ਕੋਲੋਂ ਲਾ ਕੇ ਬੈਠਾ ਹੋਇਆ, ਮੈਂ ਕਿੱਦਾਂ ਰਿਫਿਊਜ਼ ਕਰਾ ਦੂੰਗਾ ਵੀਜ਼ਾ ਤੁਹਾਡਾ, ਮੈਨੂੰ ਲੱਭਿਆ ਕੀ ਉਹਦੇ 'ਚੋਂ? ਲੋਕਾਂ ਨੇ ਫੰਡ ਹੀ ਪੂਰੇ ਨਹੀਂ ਸ਼ੋਅ ਕੀਤੇ ਹੁੰਦੇ, ਲੋਕਾਂ ਨੇ ਆਮਦਨ ਦਾ ਪਰੂਫ ਨਹੀਂ ਦਿੱਤਾ ਹੁੰਦਾ, ਲੋਕ ਗੈਪ ਦੇ ਸਰਟੀਫਿਕੇਟ ਨਕਲੀ ਦੇ ਜਾਂਦੇ, ਤੇ ਫਿਰ ਵੀਜ਼ਾ ਰਿਫਿਊਜ਼ ਹੀ ਹੋਣਾ ਨਾ। ਉਹ ਮੇਰੇ ਕੋਲ ਵੀ ਰਿਫਿਊਜ਼ ਹੋਣਾ, ਉਹ ਸਾਰੀ ਜਗ੍ਹਾ ਤੋਂ ਵੀ ਰਿਫਿਊਜ਼ ਹੋਣਾ। ਇਮਾਨਦਾਰੀ ਨਾਲ ਅਪਲਾਈ ਕਰੋ, 5 ਸਾਲ ਦਾ ਗੈਪ ਹੈ ਤਾਂ ਵੀ ਗੈਪ ਦੇ ਪਰੂਫ ਦਿਓ। 50 ਸਾਲਾਂ 'ਚ ਤੁਸੀਂ ਕੀ ਕੀਤਾ? ਤੁਹਾਨੂੰ 5 ਸਾਲ ਹੋ ਗਏ ਅੱਜ ਪਲੱਸ 2 ਕੀਤੀ ਨੂੰ,
5 ਸਾਲ ਤੋਂ ਆਪਣੀ ਦੁਕਾਨ ਤੇ ਬੰਦੇ ਹੋ ਕੇ ਨੌਕਰੀ ਕਰਦੇ ਹੋ, ਸਾਰੇ ਪ੍ਰੂਫ ਦਿਓ। ਉਹ ਪ੍ਰੂਫ ਦਿਖਾ ਕੇ ਮੈਕਸੀਕੋ ਵੀਜ਼ਾ ਲੈ ਕੇ ਦੇਵਾਂਗੇ। ਜੇ ਤੁਸੀਂ ਕਹੋ ਅਸੀਂ ਆਪ ਤਿਆਰ ਕਰ ਲਾਂਗੇ, ਅਸੀਂ ਆਪ ਕੋਈ ਨਹੀਂ ਕਰਦੇ, ਜਿਹੜਾ ਵੀ ਕਾਗਜ਼ ਦੇਣਾ ਸੱਚਾ ਦਿਓਗੇ ਤਾਂ ਵੀਜ਼ਾ ਲੱਗ ਜੂਗਾ, ਨਹੀਂ ਤਾਂ ਵੀਜ਼ਾ ਲੱਗਣਾ ਵੀ ਤੁਹਾਡਾ, ਰਿਫਿਊਜ਼ ਵੀ ਤੁਹਾਡਾ ਹੋਣਾ। ਅਸੀਂ ਗਰੰਟੀ ਲੈਂਦੇ ਹਾਂ 100% ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ। ਵੀਜ਼ਾ ਤਾਂ ਦੇਣਾ ਅੰਬੈਸੀ ਨੇ, ਉਹ ਦੇਣਾ ਤਾਂ ਵਾ ਜੇ ਤੁਹਾਡੇ ਕਾਗਜ਼ ਸਹੀ ਹੋਣਗੇ। ਸਾਡੇ ਕਾਗਜ਼ ਸਹੀ ਹੁੰਦੇ ਆ। ਬਿਲਕੁਲ ਸਹੀ ਗੱਲ ਹੈ ਦੋਸਤੋ, ਜਿੱਦਾਂ ਵੀਰੇ ਜੀ ਨੇ ਦੱਸਿਆ ਕਿ ਜੇ ਤੁਸੀਂ ਪੇਪਰਸ ਦੇਣੇ ਨੇ ਉਹ ਤੁਹਾਡੇ ਸਹੀ ਪੇਪਰ ਹੋਣੇ ਚਾਹੀਦੇ। ਜਿੱਦਾਂ ਕਿ ਇਹਨਾਂ ਦੱਸਿਆ ਕਿ ਤੁਸੀਂ ਫੰਡ ਇੱਕ ਸ਼ੋਅ ਕਰ ਦਿੰਦੇ ਹੋ ਕਿ ਮੇਰੇ ਅਕਾਊਂਟ 'ਚ 15 ਲੱਖ ਰੁਪਈਆ ਹੈ, ਅਤੇ ਇਹਨਾਂ ਨੂੰ ਤੁਸੀਂ ਸਟੇਟਮੈਂਟ ਦੇ ਗਏ ਅਤੇ ਬਾਅਦ 'ਚ ਤੁਸੀਂ ਪੈਸੇ ਕਢਾ ਲਏ ਤਾਂ ਵੀਜ਼ਾ ਤਾਂ ਰਿਫਿਊਜ਼ ਹੋਣਾ ਹੀ ਹੋਣਾ। ਅਤੇ ਵੀਰੇ ਜੀ ਮੈਂ ਇੱਕ ਹੋਰ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਜਿਹੜੀ ਰਿਫਿਊਜ਼ਲ ਵਾਲੇ ਕੇਸ ਨੇ, ਇਹ ਸਾਰੀ ਦੁਨੀਆਂ ਨੂੰ ਪਤਾ, ਸਾਰੇ ਇੰਡੀਆ ਨੂੰ ਪਤਾ ਹੈ ਕਿ ਰਿਫਿਊਜ਼ ਹੋਣ ਤੋਂ ਬਾਅਦ ਤੁਹਾਡੇ ਕੋਲ ਆਉਂਦੇ ਹੈ ਕਿ ਜੀ ਹੁਣ ਕੁਛ ਨਹੀਂ ਹੋ ਸਕਦਾ, ਹੁਣ ਤੁਸੀਂ ਕੁਛ ਕਰੋ, ਇਹਦਾ ਕੀ ਕਾਰਨ ਹੈ ਕਿ ਰਿਫਿਊਜ਼ ਵਾਲੇ ਕੇਸ ਤੁਹਾਡੇ ਕੋਲ ਕਿਉਂ ਆਉਂਦੇ? ਅਸੀਂ ਬੇਸਿਕਲੀ ਸਾਨੂੰ ਸ਼ੌਂਕ ਹੈ ਕੰਮ ਕਰਨ ਦਾ। ਜਦੋਂ ਕੋਈ ਬੰਦਾ ਹਾਰ ਜਾਂਦਾ ਨਾ, ਦੱਸ ਦਿਓ ਨਾ, ਹਾਂਜੀ ਹਾਂਜੀ, ਉਹਨੇ ਕੋਈ ਨਾ ਕੋਈ ਸੁੱਕਣਾ ਸੁੱਕੀ ਹੁੰਦੀ ਹੈ। ਅੱਛਾ, ਉਹਨੂੰ ਵੀ ਕਿਹਾ ਕਿਹਦਾ ਆਸ਼ੀਰਵਾਦ ਮਿਲਿਆ ਹੁੰਦਾ। ਠੀਕ ਹੈ, ਬੰਦਾ ਪਹਿਲੀ ਵਾਰੀ, ਜਦੋਂ ਦਰਸ਼ਕੋ ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਜਦੋਂ ਕਿਸੇ ਦਾ ਪਹਿਲੀ ਵਾਰੀ ਵੀਜ਼ਾ ਰਿਫਿਊਜ਼ ਹੁੰਦਾ ਨਾ, ਉਹਨੂੰ ਕੋਈ ਨਾ ਕੋਈ ਕਮੀ ਉਹਦੇ ਅੰਦਰ ਹੁੰਦੀ ਹੈ। ਦੂਜੀ ਵਾਰੀ ਜਦੋਂ ਸਾਡੇ ਕੋਲ ਅਪਲਾਈ ਕਰਨ ਆਉਂਦਾ ਨਾ, ਉਹ ਆਪਦੇ ਕਾਗਜ਼ ਪੂਰੇ ਲੈ ਕੇ ਆਉਂਦਾ। ਮੋਰਓਵਰ ਸਾਡੀ ਟੀਮ ਦੇ ਕੋਲ ਬਹੁਤ ਸਾਰਾ ਟੈਲੈਂਟ ਹੈ, ਅਸੀਂ ਇੰਨੇ ਕੁ ਵੀਜ਼ੇ ਲਵਾ ਚੁੱਕੇ ਹਾਂ, ਸਾਨੂੰ ਸਮਝ ਆ ਕਿ ਘੱਟ ਨੰਬਰਾਂ ਵਾਲੇ ਦਾ ਕਿੱਦਾਂ ਲੈਣਾ, ਗੈਪ ਵਾਲੇ ਦਾ ਕਿੱਦਾਂ ਲੈਣਾ, ਜਿਹਦੇ ਕੋਲ ਪੈਸੇ ਨਹੀਂ ਸ਼ੋਅ ਕਰਨ ਨੂੰ, ਪੈਸੇ ਘੱਟ ਹੈ ਉਹਦਾ ਵੀਜ਼ਾ ਕਿੱਦਾਂ ਲੈਣਾ, 20 ਲੱਖ ਰੁਪਈਆ ਸ਼ੋਅ ਕਰਨ ਲਈ ਚਾਹੀਦਾ, 30 ਲੱਖ ਰੁਪਏ ਸ਼ੋਅ ਕਰਨ ਲਈ ਚਾਹੀਦਾ, 15 ਲੱਖ ਰੁਪਏ ਸ਼ੋਅ ਕਰਨ ਲਈ ਚਾਹੀਦਾ। ਇੱਕ ਸਟੂਡੈਂਟ ਆ ਗਿਆ ਉਹਦੇ ਕੋਲ 10 ਲੱਖ ਰੁਪਏ ਸ਼ੋਅ ਕਰਨ ਲਈ, ਉਹ ਕਹਿੰਦਾ ਜੀ ਮੇਰੇ ਕੋਲ 10 ਲੱਖ ਹੀ ਹੈ, ਕੀ ਕਰਾਂਗੇ ਉਹਦਾ, ਉਹਦਾ ਕੋਰਸ ਹੀ ਸਾਲ ਦਾ ਲੈ ਲਾਂਗੇ। ਠੀਕ ਹੈ, ਜਿਹਦੇ ਕੋਲ ਪੈਸੇ 20 ਲੱਖ ਰੁਪਈਆ 30 ਲੱਖ ਰੁਪਇਆ ਗਾ ਸ਼ੋਅ ਕਰਨ ਲਈ, ਉਹਦਾ ਕੋਰਸ 2 ਸਾਲ ਦਾ ਲਈਦਾ। ਜਿਹੜੇ ਬੰਦੇ ਦੇ ਕੋਲ ਫੰਡ ਘੱਟ ਆ, ਉਹਦਾ ਕੋਰਸ ਸਾਲ ਦਾ ਲੈ ਲਈਦਾ, 8 ਮਹੀਨੇ ਦਾ ਕੋਰਸ ਲੈ ਲਈਦਾ। ਇੱਦਾਂ ਦੇ ਬਹੁਤ ਸਾਰੇ ਲੂਪ ਹੋਲਸ ਹੈਗੇ ਆ, ਜਿਹੜੇ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਟੀ ਵੀ 'ਤੇ ਨਹੀਂ ਸਮਝਾ ਸਕਦਾ। ਜਿਹੜੇ ਇਨਸਾਨ ਨੇ ਵੀਜ਼ਾ ਲੈਣ ਦਾ ਕੰਮ ਕਰਨਾ, ਉਹਨੂੰ ਪਤਾ ਹੋਇਆ ਕਿ ਮੇਰਾ ਕੰਮ ਕਿੱਦਾਂ ਹੋਣਾ। ਸਾਡੇ ਦਫ਼ਤਰ 'ਚ ਸਵੇਰ ਤੋਂ ਸ਼ਾਮ ਤੱਕ ਵੀਜ਼ੇ ਹੀ ਲੱਗਦੇ ਆ ਇੱਥੇ, ਜਾਂ ਵੀਜ਼ੇ ਰਿਫਿਊਜ਼ ਹੁੰਦੇ, ਅਸੀਂ ਹੋਰ ਕੋਈ ਕੰਮ ਨਹੀਂ ਕਰਦੇ। ਮੈਨੂੰ ਕਣਕ ਝੋਨਾ ਲਾਉਣਾ ਨਹੀਂ ਆਉਂਦਾ, ਮੈਨੂੰ ਵੀਜ਼ਾ ਲਵਾਉਣਾ ਆਉਂਦਾ। ਵੀਜ਼ੇ ਮੇਰੇ ਵੀ ਰਿਫਿਊਜ਼ ਹੁੰਦੇ ਆ, ਜਿਹੜੇ ਵੀਜ਼ੇ ਰਿਫਿਊਜ਼ ਹੁੰਦੇ ਆ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੁੰਦਾ। ਜਦੋਂ ਸਾਡਾ ਵੀਜ਼ਾ ਰਿਫਿਊਜ਼ ਹੁੰਦਾ ਕੋਈ, ਅਸੀਂ ਵੀ ਉਸ ਚੀਜ਼ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹਾਂ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈਗਾ ਵਾ, ਤੁਸੀਂ ਇੱਕ ਵਾਰ ਵਿਜ਼ਿਟ ਕਰੋ, ਸਾਡੇ ਲੱਗੇ ਵੀਜ਼ੇ ਦੇਖੋ, ਸਾਡਾ ਰਿਜ਼ਲਟ ਦੇਖੋ। ਅੱਜ ਯੂਟਿਊਬ ਦੇ ਉੱਤੇ 1400 ਵੀਡੀਓ ਪਿਆ ਹੋਇਆ ਵਾ, ਇਹ 1400 ਵੀਡੀਓ ਪੈਸੇ ਦੇ ਕੇ ਨਹੀਂ ਬਣਦੇ। ਯੂਟਿਊਬ ਦੇ ਉੱਤੇ ਰੋਜ਼ ਹੀ ਤੁਸੀਂ 1000 ਵੀਡੀਓ ਦੇਖ ਸਕਦੇ ਹੋ, ਇਹ ਵੀਡੀਓ ਪੈਸੇ ਦੇ ਕੇ ਨਹੀਂ ਬਣਦੇ। ਜਿਨ੍ਹਾਂ ਦੇ ਵੀਜ਼ੇ ਲੱਗਦੇ ਆ ਉਹ ਖੁਸ਼ੀ ਖੁਸ਼ੀ ਆਪਦਾ ਵੀਡੀਓ ਬਣਾਉਂਦਾ ਵਾ, ਬਾਕੀ ਕਿਸੇ ਨੂੰ ਮਾਂ ਵਾਦੀ ਕਿਸੇ ਨੂੰ ਸਵਾਦੀ, ਸਾਰਿਆਂ ਨੂੰ ਅਸੀਂ ਸੈਟਿਸਫਾਈਡ ਨਹੀਂ ਕਰ ਸਕਦੇ। ਜਿਨ੍ਹਾਂ ਨੂੰ ਵੀ ਇਸ ਟਾਕ ਸ਼ੋਅ ਦੇ ਉੱਤੋਂ ਕੋਈ ਦਿੱਕਤ ਹੋ ਰਹੀ ਹੈ ਤਾਂ ਪਲੀਜ਼ ਤੁਸੀਂ ਚੈਨਲ ਚੇਂਜ ਕਰ ਸਕਦੇ ਜੇ, ਤੁਸੀਂ ਇਹ ਜੇ ਯੂਟਿਊਬ ਫੇਸਬੁੱਕ 'ਤੇ ਦੇਖਦੇ ਜੇ ਤਾਂ ਤੁਸੀਂ ਚੇਂਜ ਕਰ ਸਕਦੇ ਜੇ ਇਹਨੂੰ। ਸਾਡੀ ਤਾਂ ਕੋਸ਼ਿਸ਼ ਇਹੀ ਹੈ ਕਿ ਇਮਾਨਦਾਰੀ ਨਾਲ ਕੰਮ ਕਰੀਏ। ਬਹੁਤ ਸਾਰੇ ਏਜੰਟ ਵੀਰ ਵੀ ਇਹ ਵੀਡੀਓ ਦੇਖਦੇ ਨੇ, ਮੈਂ ਇਹ ਵੀਡੀਓ ਕਿਸੇ ਏਜੰਟ ਵਾਸਤੇ ਨਹੀਂ ਬਣਾਉਂਦਾ, ਸਾਡਾ ਇਹ ਟਾਕ ਸ਼ੋਅ ਇੱਕ ਸਟੂਡੈਂਟ ਵਾਸਤੇ ਹੈ, ਉਸ ਬੱਚੇ ਵਾਸਤੇ ਹੈ ਜਿਹੜਾ ਆਪਣਾ ਕੈਨੇਡਾ ਜਾ ਕੇ ਸੁਪਨਾ ਪੂਰਾ ਕਰਨਾ ਚਾਹੁੰਦਾ। ਫਿਰ ਵੀ ਕਿਸੇ ਤਰ੍ਹਾਂ ਦੀ ਕਿਸੇ ਦਾ ਦਿਲ ਦੁਖਿਆ ਹੋਵੇ, ਮੈਂ ਉਹਦੇ ਵਾਸਤੇ ਹੱਥ ਜੋੜ ਕੇ ਮਾਫ਼ੀ ਚਾਹਾਂਗਾ। ਸਾਡੀ ਕੋਸ਼ਿਸ਼ ਸਿਰਫ ਔਰ ਸਿਰਫ ਅਵੇਅਰਨੈਸ ਦੀ ਹੈ, ਆਪ ਦੀ ਕੰਪਨੀਆਂ ਦੀਆਂ ਸਰਵਿਸਿਜ਼ ਦੱਸਣ ਦੀ ਹੈ ਕਿ ਅਸੀਂ ਲੈਂਦੇ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਅਤੇ ਦੋਸਤੋ ਜਿੱਦਾਂ ਵਿਨੇ ਜੀ ਨੇ ਦੱਸਿਆ ਕਿ ਇਹ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਨੇ, ਅਤੇ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਸਪੈਸ਼ਲਟੀ ਹੈ, ਜਿੱਦਾਂ ਇੱਕ ਡਾਕਟਰ ਦੀ ਸਪੈਸ਼ਲਟੀ ਹੁੰਦੀ ਹੈ ਕਿ ਇਹ ਆਈ ਸਪੈਸ਼ਲਿਸਟ ਹੈ ਜਾਂ ਇਹ ਇੱਕ ਹਾਰਟ ਸਪੈਸ਼ਲਿਸਟ ਹੈ, ਅਤੇ ਵਿਨੇ ਜੀ ਖਾਸ ਕਰਕੇ ਜਿਹੜੇ ਨੇ ਰਿਫਿਊਜ਼ਲ ਦੇ ਸਪੈਸ਼ਲਿਸਟ ਨੇ, ਜਿਨ੍ਹਾਂ ਦੇ ਰਿਫਿਊਜ਼ਲ ਵਾਲੇ ਜਿਹੜੇ ਕੇਸਿਸ ਨੇ ਇਹਨਾਂ ਕੋਲ ਆ ਕੇ ਦੁਬਾਰਾ ਅਪਲਾਈ ਕਰ ਸਕਦੇ ਨੇ, ਅਤੇ ਕਾਫੀ ਜਿਹੜੇ ਸਕਸੈਸਫੁਲ ਕੇਸ ਤੁਹਾਨੂੰ ਆਪਾਂ ਦਿਖਾ ਚੁੱਕੇ ਹਾਂ। ਅਤੇ ਵਿਨੇ ਜੀ ਜਾਂਦੇ ਜਾਂਦੇ ਤੁਸੀਂ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੋ ਤਾਂ? ਸਪੈਸ਼ਲਿਸਟ ਵਰਡ ਤਾਂ ਨਾ ਹੀ ਯੂਜ਼ ਕਰੀਏ ਵਧੀਆ ਜੀ, ਕਿਉਂਕਿ ਅਲਟੀਮੇਟਲੀ ਫਿਰ ਮੇਰੀਆਂ ਗੱਲਾਂ ਫੜੀਆਂ ਜਾਂਦੀਆਂ, ਮੇਰੇ ਕਾਰਟੂਨ ਵੀ ਬਣ ਜਾਂਦੇ ਆ, ਮੇਰੇ ਵੀਡੀਓ ਵੀ ਬਣ ਜਾਂਦੇ ਆ। ਅਤੇ ਦੋਸਤੋ ਜੇ ਕੋਈ ਇਮਾਨਦਾਰੀ ਨਾਲ ਕੰਮ ਕਰਦਾ ਨਾ, ਉਹਦਾ ਕੰਮ ਸਿਰੇ ਜ਼ਰੂਰ ਚੜ੍ਹਦਾ। ਜਦੋਂ ਕੋਈ ਮਾਯੂਸ ਹੋ ਜਾਂਦਾ ਨਾ, ਉਹਦੀ ਬਾਂਹ ਨਹੀਂ ਕੋਈ ਫੜਦਾ। ਜਦੋਂ ਕੋਈ ਡਿੱਗਦਾ ਨਾ, ਉਹਨੂੰ ਠਾਣ ਵਾਲਾ ਕੋਈ ਨਹੀਂ ਹੁੰਦਾ, ਉਹਦਾ ਮਜ਼ਾਕ ਉਡਾਉਣ ਵਾਲੇ ਹੁੰਦੇ ਆ। ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ, ਸੀਰੀਅਸਲੀ ਇੱਕ ਵਾਰ ਸਾਨੂੰ ਜ਼ਰੂਰ ਮਿਲੋ, ਅਸੀਂ ਤੁਹਾਡੇ ਸੁਪਨੇ ਸਾਕਾਰ ਕਰਾ ਕੇ ਦਿਆਂਗੇ। ਸਾਡਾ ਸਵੇਰ ਤੋਂ ਸ਼ਾਮ ਤੱਕ ਇਹੀ ਕੰਮ ਹੈ ਕਿ ਕਿੱਦਾਂ ਅਸੀਂ ਆਪਣੀਆਂ ਸਰਵਿਸਿਜ਼ ਸੁਧਾਰ ਸਕੀਏ। ਸਾਰਿਆਂ ਦੀਆਂ ਨਿਗਾਹ ਦੇ ਵਿੱਚ ਅਸੀਂ ਸਹੀ ਨਹੀਂ ਕਰ ਰਹੇ ਉਤਰਦੇ। ਬਹੁਤ ਸਾਰੇ ਵੀਜ਼ੇ ਸਾਡੇ ਕੋਲ ਵੀ ਰਿਫਿਊਜ਼ ਹੁੰਦੇ ਆ, ਬਟ ਫਿਰ ਵੀ ਜਿਹੜੇ ਲੋਕਾਂ ਦੇ ਵੀਜ਼ੇ ਲੱਗਦੇ ਆ ਉਹ ਸਾਨੂੰ ਬੜੀਆਂ ਅਸੀਸਾਂ ਦੇ ਕੇ ਜਾਂਦੇ ਆ। ਅੱਜ ਉਹਨਾਂ ਦੀਆਂ ਬਲੈਸਿੰਗ ਦੇ ਸਦਕਾ ਅਸੀਂ ਇਹ ਸ਼ੋਅ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਅਸੀਂ ਆਪਦਾ ਕਾਰੋਬਾਰ ਕਰ ਰਹੇ ਹਾਂ।
ਅਸੀਂ ਹਾਰਨਾ ਨਹੀਂ ਸਿੱਖਿਆ, ਹਾਰ ਤੁਸੀਂ ਵੀ ਨਹੀਂ ਮੰਨਣੀ, ਆਓ ਦੁਬਾਰਾ ਅਪਲਾਈ ਕਰੀਏ, ਪੈਸੇ ਲਵਾਂਗੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ। ਅਤੇ ਦੋਸਤੋ ਜਾਂਦੇ ਜਾਂਦੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਸਾਨੂੰ ਜਿਹੜੇ ਫੋਨ ਆਉਂਦੇ ਨੇ ਲੋਕ ਕਹਿੰਦੇ ਤੁਸੀਂ ਸ਼ੁਗਲੀ ਚੁਗਲੀ ਤੁਹਾਡਾ ਕੰਮ ਹਸਾਣਾ, ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ, ਤੁਸੀਂ ਕਿਉਂ ਇਮੀਗ੍ਰੇਸ਼ਨ ਦੀ ਲਾਈਨ ਦੇ 'ਚ ਆ ਕੇ ਤੁਸੀਂ ਇੰਟਰਵਿਊ ਕਰਦੇ ਹੋ, ਪਰ ਸਾਡਾ ਇੱਕ ਇੱਕ ਮਨ ਦੀ ਇੱਛਾ ਹੈ ਕਿ ਬੱਚਿਆਂ ਨੂੰ ਸਹੀ ਰਾਹ ਮਿਲੇ, ਅਤੇ ਸਹੀ ਰਾਹ ਅਸੀਂ ਵਿਨੇ ਹਰੀ ਜੀ ਨੂੰ ਮਿਲੇ ਹਾਂ ਅਤੇ ਸਹੀ ਰਾਹ 'ਤੇ ਪਾਉਂਦੇ ਨੇ। ਤੁਸੀਂ ਜਿੱਥੇ ਮਰਜ਼ੀ ਅਪਲਾਈ ਕਰੋ ਜਾ ਕੇ, ਜਿੱਥੇ ਮਰਜ਼ੀ ਜਾ ਕੇ ਤੁਸੀਂ ਟਰਾਈ ਕਰੋ, ਪਰ ਇੱਕ ਵਾਰੀ ਇਹਨਾਂ ਦੇ ਸਟਾਫ ਨੂੰ ਜਾਂ ਵਿਨੇ ਹਰੀ ਜੀ ਨੂੰ ਆ ਕੇ ਜ਼ਰੂਰ ਆਪਣੇ ਪੇਪਰ ਦਿਖਾਓ, ਤੁਹਾਨੂੰ ਸਹੀ ਗਾਈਡ ਕਰਨਗੇ ਕਿ ਤੁਹਾਡਾ ਵੀਜ਼ਾ ਲੱਗ ਸਕਦਾ ਕਿ ਨਹੀਂ ਲੱਗ ਸਕਦਾ। ਅਤੇ ਵਿਨੇ ਹਰੀ ਜੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਥੈਂਕਸ ਜੀ, ਤੁਹਾਡਾ ਵੀ, ਦਰਸ਼ਕਾਂ ਦਾ ਵੀ।